ਸਤਿਰਤਾਨ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਪ੍ਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਾਉ ਕਿਹਾ ਕੜਾ ਜੀਓ ਰੱਬ ਵਸ ਭਗਤਾਂ ਨੇ ਕੀਤਾ ਪਾਈਆਂ ਨੇ ਪ੍ਰੀ ਵੰਡੋਰੀਆਂ ਰੱਬ ਵਸ ਭਗਤਾਂ ਨੇ ਕੀਤਾ ਪਾਈਆਂ ਨੇ ਪ੍ਰੀ ਪ੍ਰੇਮ ਡੋਰੀਆਂ ਰੱਬ ਬਸ ਭਗਤਾਂ ਨੇ ਵੇਈ ਕੀਤਾ ਪਾ ਕੇ ਪ੍ਰੇਮ ਡੋਰੀਆਂ ਬੀਬੇ ਤਕੜੇ ਨਹੀਂ ਬੋਲਣ ਵਾਲੇ ਮੂਹਰੇ ਬੈਠੋ ਰੱਬ ਬਸ ਭਗਤਾਂ ਨੇ ਕੀਤਾ ਕਹਿੰਦੀ ਗੁਰਬਾਣੀ ਹੈ ਪਾ ਕੇ ਪ੍ਰੇਮ ਡੋਰੀਆਂ ਬਸ ਭਗਤਾਂ ਨੇ ਕੀਤਾ ਪਾ ਕੇ ਪ੍ਰੇਮ ਡੋਰੀਆਂ ਪ੍ਰੇਮ ਨਾ ਤੂੰ ਆਵੇ ਬਸ ਬਹੁਤ ਕਣਾਵਣੇ ਨਾ ਤੂੰ ਆਵੇ ਬਸ ਵੇਦ ਪੜਾਵਣੇ ਨਾ ਤੂੰ ਆਵੇ ਬਸ ਤੀਰਥ ਨਾਈ ਹੈ
ਨਾ ਤੂੰ ਆਵੇ ਵਸ ਧਰਤੀ ਤਾਈ ਐ, ਨਾ ਤੂੰ ਆਵੇ ਵਸ ਕਿਤੇ ਸਿਆਣ ਪੈ, ਨਾ ਤੂੰ ਆਵੇ ਵਸ ਬਹੁਤਾ ਦਾਨ ਦੀ, ਸਭ ਕੋ ਤੇਰੇ ਵਸ ਅਗਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਜਿਹੜੀਆਂ ਬੀਬੀਆਂ ਆ ਮਾਲੇਰਕੋਟਲਾ ਰਿਆਸਤ ਹੈ, ਬਨਵੌਰਾ ਹੈ, ਇਸ ਸਥਾਨ ਦੇ ਬਾਰੇ ਬਹੁਤ ਕੁਛ ਔਰ ਨਗਰ ਬਾਰੇ ਹੈ ਤੁਹਾਨੂੰ ਦੇਖ ਲਓ। ਹੁਣ ਦੀਵਾਨ ਮਲੇਰਕੋਟਲਾ ਵਾਲੇ ਨੂੰ ਆਉਣ ਵਾਲੇ ਨੇ, ਜੇ ਘੱਟ ਬੋਲਿਓ ਨਾ ਘੱਟ ਦੀਵਾਨ ਦੇਵਾਂਗੇ। ਆ ਬੀਬੀਆਂ ਮੇਰੀ ਜ਼ਿੰਦਗੀ ਲੰਘ ਗਈ, ਤਕੜੇ ਹੋ ਕੇ ਗੁੰਜਾ ਪਾ ਦਿਓ। ਆ ਸੁਗੁੱਦੜੇ ਜਿਹੜੇ ਹੋਏ ਹੋ ਜਿੱਥੇ ਵੀ ਬੈਠੇ ਹੋ, ਇਹ ਬਾਲਿਆਲ ਸਾਹਿਬ ਭੋਗੀਆਲ ਦੀ ਸੰਗਤ ਸਿਰਫ ਤਾਰੀਫ ਰਹੇਗੀ ਬੋਲਣ ਦੀ। ਕਿਤੇ ਬੈਠਾ ਕੋਈ ਭਾਵੇਂ ਜੋੜਿਆਂ ਕੋਲ ਹੈ, ਉਹਨੇ ਉੱਥੇ ਹੀ ਬੋਲਣਾ ਸ਼ਬਦ, ਇਹ ਨਹੀਂ ਵੀ ਆਹ ਚਿਮਟਿਆਂ ਵਾਲੇ ਹੀ ਬੋਲਣਗੇ। ਤਕੜੇ ਪਿਆਰ ਨਾਲ ਹਾਜ਼ਰੀ ਭਰੋ, ਇਹ ਰੱਬ ਦੇ ਪਿਆਰਿਆਂ ਦੀ ਧਰਤੀ ਹੈ, ਇਸ ਦੇ ਬਾਰੇ ਬੋਲਦੇ ਜਾਵਾਂਗੇ। ਤਿੰਨ ਛੱਕੇ ਹੀ ਅਖੇ, ਤਿੰਨ ਤਾਂ ਹੋਏ, ਮੈਂ ਚਾਰ ਕਿਹਾ, ਇੱਕ ਦੱਬ ਕੇ ਹੀ ਲੈ ਗਿਆ ਪੱਟੂ। ਨਿਆਣਿਆਂ ਨਾਲ ਦੋਸਤੀ ਵੀ ਠੀਕ ਨਹੀਂ ਹੁੰਦੀ, ਉਹਨੇ ਨਿਆਣਾ ਪਣੇ ਕੀਤਾ। ਚਾਰ ਪਹਿਰ ਚੋਂ ਜੁਗਾ ਸਮਾਨੇ ਵਾਲੀ ਗੱਲ, ਚਲੋ ਹੁਣ ਤਿੰਨ ਦੇਵਤਿਆਂ 'ਚ ਰੱਖਦੇ ਹਾਂ ਅਸੀਂ, ਬਰਮਾ ਵਿਸ਼ਨੂੰ ਮਹੇਸ਼। ਤੋ ਕਹਿਣੀ ਦੀ ਗੱਲ ਦੀ ਕਿ ਸੰਤਾਂ ਭਗਤਾਂ ਨੇ ਸਾਰਾ ਇਲਾਕਾ ਹੀ ਤਕਰੀਬਨ ਅੱਜ ਇਸ ਇਲਾਕੇ ਦੇ ਨੇੜੇ ਨਵਾਬ ਸਾਹਿਬ ਮਾਲੇਰਕੋਟਲਾ ਬੇਗਮਾਂ ਦਾ ਇਲਾਕਾ ਐਨ ਬਿੰਨਿਆ ਪਿਆ। ਸਾਡੇ ਆਪਦੇ ਹਰਮਨ ਪਿਆਰਿਆਂ 'ਚ ਗੁਆਰੇ ਵਾਲੇ ਸਰਦਾਰ ਬਹਾਦਰ ਨੂੰ MLA ਰਹੇ ਹੋ, ਹੋਰ ਵੀ ਬਹੁਤ ਪਿਆਰ ਹੈ ਇਲਾਕੇ ਵਿੱਚ, ਚੰਗੇ ਚੰਗੇ ਰਜਵਾੜੇ ਬੈਠੇ ਨੇ, ਪਰ ਜਿਹੜਾ ਆਨੰਦ ਹੈ ਨਾ, ਨੂਰ ਵਰ ਰਿਹਾ, ਇਹ ਭਗਤਾਂ ਕੋਲ ਹੀ ਹੈ। ਇਹ ਅਲੌਕਿਕ ਅੱਜ ਦ੍ਰਿਸ਼ ਦੇਖ ਰਹੇ ਹਾਂ ਨਗਰ ਬਨਵੌਰੇ ਵਿੱਚ। ਇੱਥੋਂ ਦੇ ਸੱਜਣ ਜਿਨ੍ਹਾਂ ਦੀਆਂ ਸੈਂਕੜੇ ਗੱਡੀਆਂ ਚੱਲਦੀਆਂ ਨੇ ਪਟਨਾ ਸਾਹਿਬ, ਕਲਕੱਤਾ ਹੋ, ਵਿਦੇਸ਼ਾਂ, ਬਾਹਰਲੇ ਸੂਬਿਆਂ ਵਿੱਚ, ਪਰ ਰੱਬ ਸੰਤਾਂ ਭਗਤਾਂ ਦੇ ਪਿਆਰ ਵਿੱਚ ਆ ਇਲਾਕਾ, ਬਸ ਇੱਕੋ ਹੀ ਸ਼ਬਦ ਕਹਿਣ ਦੀ ਦੇਰ ਸੀ। ਮੈਸੇਜ ਜਾਂ ਕਾਰਡ ਤਾਂ ਥੋੜ੍ਹੇ ਜਿਹੇ ਗਏ, ਪਰ ਜਿਹੜੀ ਪਿਆਰ ਦੀ ਸੁਗੰਧੀ ਮਹਿਕ ਕਸਤੂਰੀ ਹੈ ਨਾ, ਆ ਲਾਈਨ ਦੇਖੋ ਕਿਸ ਪਿਆਰ ਵਿੱਚ ਬੱਝੀ ਖੜੀ ਹੈ। 20 ਮਿੰਟ ਰਹਿੰਦੇ ਆ 10 ਵੱਜਣ 'ਚ, ਜਦ ਤੋਂ ਆਏ ਹਾਂ ਕਿੰਨਾ ਨੂਰ ਅਤੇ ਸਾਰਾ ਪੰਡਾਲ ਸਮਝੋ ਫੁੱਲ ਪਿਆ। ਪੜ੍ਹੋ ਧਾਰਨਾ ਪਿਆਰ ਨਾਲ ਇੱਕ ਔਰ ਹੁਣ ਉਹੀ। ਉਹ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਜਥੇਦਾਰਾ ਤੂੰ ਬੈਠ ਜਾਂਦਾ ਤਾਂ ਤੁਸੀਂ ਲੁਕੋਈ ਖੜੇ ਆਦਮ ਵਾਲੀ ਉਹ ਬੈਠ ਜਾਓ, ਤੁਹਾਨੂੰ ਸਾਰੇ ਜਾਣਦੇ ਨੇ। ਇਸ਼ਾਰੇ ਨਾਲ ਇੱਕ ਜਾਣਾ ਖੜੋ ਉੱਥੇ ਜਿੱਥੇ ਤੁਸੀਂ ਮੂਹਰੇ ਫਲਾਂ ਨਾ ਬਣੋ, ਹਮਲਾ ਬਣ ਕੇ ਖੜ ਜਾਂਦੇ ਹੋ, ਸਾਫੀ ਦੇ ਮੂਹਰੇ 10 ਲੋਕ ਹੋਰ ਆ ਜਾਂਦੇ ਨੇ। ਉਹ ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਭਗਤਾਂ ਨੇ ਰੱਬ ਵਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ, ਆਹ
ਚੜੀਆਂ ਲੋਰਾਂ ਰਹਿੰਦੇ ਨੇ ਮਸਤ ਦੀਵਾਨੇ, ਕਹਿੰਦੀਆਂ ਚੜੀਆਂ ਲੋਰਾਂ ਪ੍ਰੇਮ ਦੀਆਂ ਉਹ ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ ਭਗਤਾਂ ਨੇ ਪ੍ਰੇਮ ਦੀਆਂ ਪਾ ਕੇ ਮਿਨ ਗੁਰਮੁਖ ਨਾਮ ਤੇ ਆਇਆ ਤੇ ਨਾ ਫਿਰ ਵਿਘਨ ਨਾ ਹੋਈ, ਰਾਮ ਰਾਜੇ ਜਿਨ ਸਤਗੁਰ ਜਿਹਨੇ ਸਤਿਗੁਰ ਪੁਰਖ ਮਨਾਇਆ, ਨਰਕਾਂ ਤੋਂ ਬਚਾਉਣ ਵਾਲਾ ਦੁੱਖਾਂ ਤੋਂ, ਤਿਨਾਂ ਪੂਜੈ ਸਭ ਕੋਈ, ਜੋ ਨਾਮ ਤੇ ਆਉਂਦੇ ਨੇ ਉਹਨਾਂ ਨੂੰ ਵਿਘਨ ਨਹੀਂ ਕੋਈ ਲੱਗਦਾ, ਉਹਨਾਂ ਦੇ ਕਾਰਜ ਵਿੱਚ ਕੋਈ ਖੰਡਨ ਕੋਈ ਵਿਘਨਕਾਰੀ ਗੱਲ ਨਹੀਂ ਹੁੰਦੀ। ਰਾਕਸ਼ ਲੋਕਾਂ ਨੂੰ ਇਉਂ ਸਮਝੋ ਹਾਰ ਹੁੰਦੀ ਹੈ, ਦੇਵਤੇ ਸੰਤ ਭਗਤ ਜਿੱਤਦੇ ਨੇ ਗੁਰਮੁਖ। ਜਿਨ੍ਹਾਂ ਨੇ ਸਤਿਗੁਰ ਪੁਰਖ ਮਨਾ ਲਿਆ ਉਹਨਾਂ ਨੂੰ ਸਾਰਾ ਜੱਗ ਪੂਜਦਾ, ਸਤਿਕਾਰ ਹੁੰਦਾ, ਰੱਬ ਮਨਾਉਣਾ। ਅੱਜ ਅੰਮ੍ਰਿਤ ਵੇਲੇ ਭਾਈ ਸਾਹਿਬ ਆਏ ਗੁਰਦਿਆਲ ਸਿੰਘ ਬੜੇ ਭਰਾਤਾ, ਜਿਹੜੇ ਸਾਰੇ ਕਾਰਕੁਨ ਹਨ ਸੇਵਾ ਦੇ। ਮੈਂ ਕਿਹਾ ਸੈਕਟਰੀ ਨਾ ਤਾਂ ਆਪਣੇ ਪ੍ਰਿੰਸੀਪਲ ਸਾਹਿਬ ਆਏ ਗਿਆਨੀ ਬਾਬੂ ਸਿੰਘ, ਦੋ ਦਿਨ ਸਾਡੇ ਲੰਘੇ, ਸਟੇਜ ਦਾ ਵੀ ਬਰਕਤ ਦਾ ਬੋਲ ਹੁੰਦਾ, ਕੋਈ ਬੋਲਣ ਨੂੰ ਤਾਂ ਬਥੇਰੇ ਨੇ, ਰਾਤ ਵੀ ਦੋ ਦਿਨ ਉੱਧਰ ਹੁਣ ਚੰਡੀਗੜ੍ਹ ਲੰਘੇ, ਐਂ ਬੋਲਣਗੇ ਜਿਵੇਂ ਹਸਪਤਾਲ 'ਚੋਂ ਲਿਆਂਦੇ ਹੁੰਦੇ ਆ ਬੋਲਣ ਦੀ, ਐਂ ਮਸਾਂ ਹੋਰ ਹੀ ਹੋਰ ਕਿਧਰੇ, ਭੋਗੀ ਵਾਲ ਵੀ ਦੋ ਦਿਨ ਉਹ ਆਨੰਦ ਨਾ ਵੱਜਿਆ। ਮੈਂ ਕਿਹਾ ਗਿਆਨੀ ਬਾਬੂ ਸਿੰਘ ਜੀ ਹੁੰਦੇ ਮੈਨੂੰ ਕਹਿੰਦੇ ਆਉਣਗੇ ਉਹ ਸੁਭਾਅ 'ਚ। ਬੀਬੀ ਗਿਆਨਣ ਹੈ, ਇੱਕ ਦਫ਼ਾ ਕੋਈ ਐਸਾ ਕੇਸ ਹੋਇਆ, ਇਹਨ ਭਗਤ ਜੀ ਪਾਸ ਆ ਗਏ, ਬੜੇ ਡਾਕਟਰ, ਕੋਈ ਇੱਧਰ ਕਹੇ ਕੋਈ ਇੱਧਰ ਕਹੇ, ਕਹਿੰਦੇ ਗਿਆਨੀ ਜੀ ਕਹਿੰਦੇ ਇੱਕ ਮਿੰਟ 'ਚ ਕਹਿੰਦੇ ਲੈ ਬੀਬੀ ਚੱਲ ਜਾ, ਕਹਿੰਦੇ ਅੱਜ ਉਹ ਜ਼ਰੂਰ ਆਉਣਗੇ। ਯਾਦ ਕੀਤਾ ਕੀਤਾ ਜਾਂਦਾ ਹੈ ਕਿ ਜੇ ਕੋਈ ਇੱਕ ਪੁਰਸ਼ ਐਂ ਥੰਮ ਦੇਈ ਖੜ੍ਹਾ ਥੰਮ, ਆ ਲਾਈਟ ਤੋਂ ਬਿਨਾਂ ਜੇ ਦਿਖੇ ਨਾ, ਉਹ ਓਲਾ ਕਰ ਜੇ, ਫਿਰ ਅਸੀਂ ਕਹਿੰਦੇ ਹੁੰਦੇ ਇਹ ਘਾਟ ਪੂਰੀ ਕੌਣ ਕਰੂਗਾ। ਐ ਅੰਬ ਦੇ ਥਾਂ ਅੰਬ, ਅੱਜ ਬਜ਼ੁਰਗ 116-17 ਸਾਲ ਦੀ ਅਵਸਥਾ 'ਚ ਭਗਤ ਜੀਆਂ ਦੇ ਪਿਤਾ ਜੀ ਬੈਠੇ ਨੇ, 100 ਸਾਲ ਟੱਪਦਾ ਨਹੀਂ ਕੋਈ, ਕੌਣ ਲੰਘਦੇ ਨੇ ਇੰਨੀਆਂ ਉਮਰਾਂ। ਸੰਤ ਭਗਤ ਲੋਕ ਭਗਤੀ ਭਾਵ ਵਾਲੇ, ਜਦ ਅੱਜ ਭਾਈ ਸਾਹਿਬ ਨੇ ਕਿਹਾ ਗਿਆਨੀ ਜੀ ਜ਼ਰੂਰ ਆਉਣਗੇ, ਇਹ ਇਲਾਕਾ ਦੱਸੋ ਤਾਂ ਸਹੀ, ਕੋਈ ਰਹਿ ਗਿਆ ਅੱਜ, ਜਾਂ ਗਿਣਨ ਲੱਗਾਂਗੇ ਨਾ ਲਿਸਟ, ਫਿਰ ਪਤਾ ਲੱਗੂ ਵੀ ਕਿੰਨਾ ਇਲਾਕਾ ਆ ਰਿਹਾ, ਕਿਉਂ ਆ ਰਿਹਾ। ਆਹ ਬਿਹਾਰ ਦਾ ਜਿਹਨੂੰ ਕਹਿੰਦੇ ਅੰਮ੍ਰਿਤ ਦਾ ਚਸ਼ਮਾ, ਜਿੱਥੇ ਜਲਦੇ ਬੁਝਦੇ ਹਾਏ ਹਾਏ ਕਰਦੇ ਵੀ ਜੇ ਨਾ ਡਿੱਗੇ ਮਰ ਜਾਣਾ, ਮੌਤ ਤੋਂ ਬਚਾਉਣ ਵਾਲੀ ਰੱਬ ਕਿਸੇ ਨੂੰ ਮਾਲਕ ਦਾਤ ਰਸੈਣ ਦਿੰਦਾ। ਇਹ ਸਤਿਪੁਰਸ਼ ਫੱਕਰ ਲੋਕ ਵੀ, ਹਰ ਮਾਂ ਉਹਨਾਂ ਨੂੰ ਜਨਮ ਨਹੀਂ ਦਿੰਦੀ, ਹਰ ਥਾਂ ਨਹੀਂ ਹੁੰਦੇ, ਧਰਤੀਆਂ ਬੜੀਆਂ ਬੜੀਆਂ ਪਈਆਂ ਨੇ ਆਹੋ ਪਿਆਰ ਵਿੱਚ, ਇਹ ਘਾਟ ਅੰਬ ਦੇ ਥਾਂ ਅੰਬ ਬਜ਼ੁਰਗ ਇੱਥੇ ਲਾ ਗਏ ਨੇ। ਫਿਰ ਅਸੀਂ ਆਪਣੇ ਸੈਕਟਰੀ ਜਨਰਲ ਸਕੱਤਰ ਆਗੂਆਂ ਨੂੰ ਸੋਚਦੇ ਹੁੰਦੇ ਹਾਂ ਕੋਈ ਐਸਾ ਸ਼ਬਦ ਨਾ ਇੱਧਰ ਉੱਧਰ ਬੋਲ ਜਾਏ ਜਿਹੜਾ ਕਿਸੇ ਦਾ ਦਿਲ ਦੁਖਾ ਜਾਵੇ, ਜੋੜਨ ਵਾਲਾ ਹੋਵੇ, ਗਰਜ ਕੇ ਪਿਆਰ ਨਾਲ, ਉਹ ਜਿਹੜੀ ਕਿ ਮੁਹੱਬਤ ਸਾਡੀ ਬਣੀ ਰਹੇ। ਹੁਣ ਪਿਆਰ ਨਾਲ ਦੋ ਲਾਈਨਾਂ ਔਰ, ਜਿਹਨੇ
ਬਈ ਗੁਰਮੁਖਾਂ ਨੇ ਨਾਮ ਧਿਆ ਲਿਆ ਉਹਨੂੰ ਕੋਈ ਬਿਘਨ ਨਹੀਂ ਲੱਗਦਾ। ਸਤਿਗੁਰ ਪੁਰਖ ਮਨਾ ਲਿਆ ਉਹਨਾਂ ਨੂੰ ਸਾਰਾ ਜੱਗ ਪੂਜਦਾ। ਜਿਹਨੇ ਸਤਿਗੁਰ ਪਿਆਰਾ ਸੇਵਿਆ, ਕਈਆਂ ਨੂੰ ਤਾਂ ਇਹ ਫਿਰ ਵਡਿਆਈ ਪੂਜਾ ਸਤਿਕਾਰ ਪਾਉਂਦਾ ਨਹੀਂ ਹੁੰਦਾ। ਉਹ ਕਹਿੰਦੇ ਇਹਦੀ ਕਿਉਂ ਪੂਜਾ ਹੁੰਦੀ ਹੈ। ਐਸੇ ਵੀ ਲੋਕ ਹੁੰਦੇ ਜਿਹਨੂੰ ਅੰਕ ਐਂ ਲੱਗਦਾ, ਪਿਆਰ ਹੈ ਅੰਦਰ ਥਾਂ ਹੈ, ਉਹ ਸਤਿਕਾਰ ਕਰਦੇ। ਜਿਹਨੇ ਸਤਿਗੁਰ ਪਿਆਰਾ ਸੇਵਿਆ ਤਿਨਾਂ ਸੁੱਖ ਸਾਧੋ, ਸਦਾ ਹੀ ਸੁੱਖ। ਜਿਹੜਾ ਸੇਵਨ ਕਰੂ, ਸੇਵਾ ਕਰੂ, ਸੇਵਨ ਕਰੂਗਾ ਉਹਨੂੰ ਸਦਾ ਹੀ ਸੁੱਖ ਮਿਲੂ। ਜਨ ਨਾਨਕ ਸਤਿਗੁਰ ਭੇਟਿਆ, ਭੇਟਿਆ ਆ ਭੇਟਾ ਹੋ ਰਹੀ ਆ, ਐਂ ਦਰਸ਼ਨ ਹੋ ਜਾਣੇ, ਮਿਲਾਪ ਹੋ ਜੇ। ਤਿਨਾਂ ਮਿਲਿਆ ਹਰ ਸੋਈ, ਉਹਨਾਂ ਨੂੰ ਹਰ ਸੋਈ ਪਰਮਾਤਮਾ ਵਾਹਿਗੁਰੂ ਜਿਹੜਾ ਹਰ ਜਗ੍ਹਾ ਵਸਦਾ ਹੈ, ਇਉਂ ਸਮਝੋ ਉਹਨਾਂ ਨੂੰ ਰੱਬ ਮਿਲ ਜਾਂਦਾ। ਸਿੱਧਾ ਸ਼ਬਦ ਦਾ ਅਰਥ ਹੈ। ਹੁਣ ਸਲੋਕ ਪਿਆਰ ਨਾਲ ਪੜ੍ਹਨਾ, ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਦਾ ਹੈ, ਉਹਦੇ ਨਾਲ ਢੁਕਵੀਂ ਤਾਰਨਾ, ਪਿਆਰ ਨਾਲ ਪੜ੍ਹਿਓ। ਅੱਜ ਜਿਹੜਾ ਆਨੰਦ ਬੀਬੀਆਂ ਨੇ ਨਾ, ਤੁਸੀਂ ਖਿੰਡ ਖੱਪਰ ਜੇ ਗਈਆਂ, ਅੱਜ ਆਨੰਦ ਨਹੀਂ ਤੁਹਾਡੇ ਵੱਲੋਂ ਆ ਰਿਹਾ। ਜੇ ਇੱਕ ਨਾ ਇੱਕ ਅਜੇ ਵੀ ਮਿਲ ਕੇ ਗੱਜ ਕੇ ਜਿੱਥੇ ਕੋਈ ਬੈਠਾ ਆਵਾਜ਼ ਮਿਲਾਇਓ, ਨਹੀਂ ਫਿਰ ਦੇਖ ਲਓ ਤੁਹਾਡੀ ਵਾਰੀ ਮੈਂ ਕੱਟ ਦੂੰਗਾ। ਓਏ ਨਾਮ ਜਪਿਆਂ ਤੇ ਦੂਰ ਹੁੰਦੇ ਦੁੱਖੜੇ, ਆਵਾਜ਼ ਤੁਹਾਡਾ ਨਾਮ ਜਪਿਆਂ ਤੇ ਦੂਰ ਹੁੰਦੇ ਦੁੱਖੜੇ ਜੀ, ਦੂਰ ਹੁੰਦੇ ਦੁੱਖੜੇ। ਨਾਮ ਜਪਿਆਂ ਤੇ ਦੂਰ ਹੁੰਦੇ ਦੁੱਖੜੇ। ਮਹਲਾ ਦੂਜਾ, ਚਾਕਰ ਲੱਗੇ ਚਾਕਰੀ ਨਾਲੇ ਗਾਰ ਵਿਵਾਦ, ਭਾਈ ਗੱਲ ਸੁਣੋ। ਪਿਆਰ ਨਾਲ ਇੱਕ ਦਿਨ ਭਗਤ ਜੀਆਂ ਨਾਲ ਮਿਲਾਪ ਹੋਇਆ, ਬਜਾਈ ਬੀਜਾ ਮਰ ਤਾਂ ਨਹੀਂ ਗਿਆ, ਤਕੜਾ ਹੋ, ਰਾਤ ਵੀ ਤੇਰਾ ਹੀ ਚੱਜ ਰਿਹਾ ਉੱਥੇ ਚੰਡੀਗੜ੍ਹ। ਬਥੇਰੇ ਇਸ਼ਾਰੇ ਦੇਈਏ, ਜਿਵੇਂ ਅਮਲੀ ਦਾ ਅਮਲ ਟੁੱਟ ਜਾਂਦਾ ਭੱਗ ਗਿਆ, ਇਹੋ ਜਿਹੇ ਵੇਲੇ ਤਾਂ ਉਈ ਪਾਉਣਾ ਹੀ। ਸੰਤਾਂ ਭਗਤਾਂ ਗੁਪਤ ਫੌਜਾਂ ਹੀ ਚੱਕ ਲੈਂਦੀਆਂ, ਤਾਂ ਤੁਸੀਂ ਭਰੋਸਾ ਨਹੀਂ ਰੱਖਦੇ। ਭਗਤ ਜੀ, ਮੈਂ ਪਿਆਰ ਨਾਲ ਆਖਿਆ, ਆਹ ਗੁਣ ਜਿਹੜਾ ਬਜ਼ੁਰਗਾਂ ਤੋਂ ਲਿਆ ਕਿਸੇ ਹੋਰ ਨੂੰ ਵੀ ਦਿੱਤਾ। ਕਹਿਣ ਲੱਗੇ ਚੇਲੇ ਬੜੇ ਬਣਾਏ ਨੇ, ਪਰ ਇੱਧਰ ਨੂੰ ਤੁਰਦਾ ਨਹੀਂ ਕੋਈ। ਇੱਕ ਇਹਨਾਂ ਤੋਂ ਇਹਨਾਂ ਦਾ ਬਚਨ ਨਾ ਉਹਨੇ ਮੰਨਿਆ। ਆ ਸਲੋਕ ਮੈਂ ਤਾਂ ਬੋਲਦਾ, ਦੋਏ ਪੰਗਤੀਆਂ ਉੱਥੇ ਢੁਕਦੀਆਂ ਨੇ। ਇੱਕ ਤਾਂ ਸੇਵਕ ਹੋਵੇ ਚਾਕਰ ਬਣ ਕੇ, ਮੈਂ ਤੁਹਾਡੀ ਮਹਾਰਾਜ ਸੇਵਾ ਕਰੂੰ, ਕਰੇਗਾ ਭਾਈ? ਹਾਂ, ਨਾਲੇ ਗਾਰ ਵਿਵਾਦ, ਕਹਿੰਦਾ ਕਰ ਦੂੰ ਜ਼ਰੂਰ। ਗਾਰ ਬਨਾਮ ਅੰਦਰ ਹੰਕਾਰ ਬਹੁਤ ਹੈ, ਤੇ ਬਾਅਦ ਨਾਲੇ ਮਾਲਕ ਨਾਲ ਗੁਰੂ ਨਾਲ ਝਗੜੇ ਕਰਦਾ। ਗੱਜ ਕੇ ਬੋਲੋ, ਗੱਲਾਂ ਬੜੀਆਂ ਕਰੀ ਜਾਂਦਾ, ਗੱਲਾਂ ਨਾਲੇ ਸਾਰੀ ਜਾਂਦਾ, ਬਸ ਫਿਰ ਉਹਨੂੰ ਮਿਲੂ ਕੀ? ਨਾਲੇ ਗਰਭ ਬਾਅਦ
ਗੱਲਾਂ ਕਰੇ ਕਨੇਰੀਆਂ, ਖਸਮ ਨਾ ਪਾਏ ਸਾਦ ਆਪਦੇ ਮਾਲਕ ਤੋਂ ਉਹ ਰਸ ਪ੍ਰਾਪਤ ਨਹੀਂ ਕਰ ਸਕਦਾ। ਇਹ ਮਿਲੂ ਕਿਵੇਂ? ਆਪ ਗਵਾਏ, ਸੇਵਾ ਕਰੇ, ਆਪਣਾ ਆਪ ਹੀ ਗਵਾ ਦੇਵੇ ਵੀ ਮੈਂ ਤਾਂ ਮਾਰਾ ਕੱਖ ਨੀ ਕੱਖ ਨੀ, ਤਿਣ ਤੋਂ ਵੀ ਤਿਰੜ ਤੋਂ ਵੀ ਮੈਂ ਤਾਂ ਇੱਕ ਤਿਣ ਤੋਂ ਵੀ ਜਿਹੜੀ ਤਿੜ ਹੈ ਤਿੜ, ਕੱਖ ਤੋਂ ਵੀ ਮੈਂ ਤਾਂ ਹੌਲਾ ਹਾਂ। ਤੁਸੀਂ ਮੈਨੂੰ ਜੋ ਮਰਜ਼ੀ ਬਣਾ ਦਿਓ, ਰਾਈ ਦੇ ਦਾਣੇ ਤੋਂ ਵੀ ਹੌਲਾ ਮੈਂ ਤਾਂ। ਆਪ ਗਵਾਏ, ਸੇਵਾ ਕਰੇ, ਆਪ ਗਵਾਈਏ ਤਾਂ ਸ਼ੋ ਪਾਈਏ, ਇਹ ਤਾਂ ਮਿਲੂ। ਆਪ ਗਵਾਏ, ਸੇਵਾ ਕਰੇ ਤਾਂ ਕੁਛ ਪਾਏ ਮਾਨ ਨਾਨਕ ਜਿਸਨੂੰ। ਜੋ ਜੀ ਹੋਏ ਸੋ ਯੁਗ ਮੈਂ ਮੁਕਾ ਕਹਿਆ ਵਾਹੂ ਵਿਜੈ ਸਭ ਨੂੰ ਪਤਾ। ਵਿਓ ਵਰਗੇ ਸ਼ਬਦ ਤਾਂ ਬੀਜਦਾ ਬੋਲਦਾ, ਮੰਗਦਾ ਵੀ ਅੰਮ੍ਰਿਤ ਦੇ ਦਿਓ, ਮੈਂ ਵੀ ਆਉਂਦਿਆਂ ਨੂੰ ਰਾਜੀ ਕਰੀ ਜਾਵਾਂ। ਇਹ ਦੂਰ ਹੈ ਕੰਮ ਭਾਈ, ਇਹ ਤਾਂ ਮਰ ਕੇ ਮਿਲਦੀਆਂ ਵਸਤੂ। ਆਪ ਗਵਾਉਣਾ, ਸੇਵਾ ਕਰਨੀ ਹੈ, ਪਰ ਬੀਜੇ ਵਿਖ ਮੰਗਾ ਅੰਮ੍ਰਿਤ। ਬਾਬਾ ਫਰੀਦ ਜੀ ਕਹਿੰਦੇ ਕਿਸਾਨ ਦਾ ਇੱਕ ਜੱਟ ਦਾ ਪ੍ਰਮਾਣ ਦਿੰਦੇ ਨੇ, ਕਹਿੰਦੇ ਉਹਨੂੰ ਚੌ ਚੜਿਆ, ਦਾਖਾਂ ਬੜੀਆਂ ਬਜ਼ੌਰ ਦੇਸ਼ ਦੀਆਂ, ਮਿੱਠੀਆਂ ਨੇ ਸੋਹਣੀਆਂ ਨੇ, ਵਿਕਦੀਆਂ ਵੀ ਮਹਿੰਗੀਆਂ ਨੇ, ਪਰ ਮੇਰੇ ਖੇਤ ਵਿੱਚ ਕਿੱਕਰਾਂ ਲਾਈਆਂ ਨੇ, ਕਿੱਕਰਾਂ ਦੇ ਬੀਜ ਵੀ ਉਹੋ ਜਿਹੇ ਹੁੰਦੇ ਨੇ, ਕਿਹਦੀਆਂ ਦਾਖਾਂ ਬਣ ਜਾਣਗੀਆਂ? ਫਰੀਦਾ ਲੋਰਾ ਦਾਖ ਬਜੌਰੀਆਂ, ਚਾਹੁੰਦਾ ਤਾਂ ਬਜੌਰ ਦੇਸ਼ ਦੀਆਂ ਦਾਖਾਂ, ਪਰ ਕਿੱਕਰਾਂ ਦੇ ਬੀਜ ਬੀਜਦਾ, ਉੱਥੇ ਦਾਖਾਂ ਲੱਗਣਗੀਆਂ ਕਿਤੇ। ਉਹ ਕਿੱਥੋਂ ਫਲਦੇ ਬਜੌਰ ਦੀਆਂ ਦਾਖਾਂ, ਪਾ ਕੇ ਕੱਲ ਦੇ ਬੱਚੇ ਨੇ ਬੋਲਤਾ ਇਹ ਵੀ ਜਾਂਦਾ ਚੱਕੀ ਆ ਕੰਸੀਆਂ, ਪਰ ਸਿਆਣੇ ਨਾਲ ਇਹਦੀ ਦੋਸਤੀ ਕਿੱਥੇ ਪੁੱਗ ਜੂਗੀ? ਨਾਲ ਆਣੇ ਦੋਸਤੀ ਕਦੇ ਲਾਵੇ ਰਾਸ, ਬਸ ਤੂੰ ਅੰਦਰ ਬਸ ਸਮਾਵੇ ਦੂਜੀ ਹੋਵੇ ਪਾਸ। ਅਗਲੀ ਪੰਕਤੀ ਹੁਣ ਇੱਥੇ ਦੁਬਾਰੇ ਫਿਰ ਮਹਾਰਾਜ ਕਹਿੰਦੇ, ਨਿਆਣੇ ਨਾਲ ਦੋਸਤੀ ਬਡਾਰੂ ਬਜ਼ੁਰਗ ਦੇ ਨਾਲ, ਨਿਉ ਪਾਲਨ ਨਿਆਣੇ ਪੁਰਸ਼ ਨੇ ਇੱਕ ਬੱਚੇ ਨੇ, ਕਹਿੰਦੇ ਕਿੰਨਾ ਕੁ ਨਿਭੂਗਾ? ਸੁਣ ਲਿਓ ਫੈਸਲਾ ਦਿੱਤਾ, ਪਾਣੀ ਅੰਦਰ ਲੀਕ ਜਿਉਂ, ਇੱਕ ਸੋਟੀ ਲੈ ਲਓ ਸੋਟੀ,
ਪਾਣੀ ਵਿੱਚ ਲਕੀਰ ਖਿੱਚਦੇ ਜਾਓ, ਮੂਹਰੇ ਮੂਹਰੇ ਦੇਖੋ ਪਿੱਛੋਂ ਮਿਲਦੀ ਜਾਓ, ਬਸ ਇੰਨੀ ਹੋਈ ਹੈ ਦੋਸਤੀ ਉਹਨਾਂ ਦੀ ਤਾਂ। ਨਾਲ ਆਣੇ ਦੋਸਤੀ ਬੜਾ ਰੁਸੋ ਨੇ ਹੋ ਪਾਣੀ, ਭਗਤੀ ਨਾ ਛੋਡੋ ਰਾਮ ਜੀ ਸੰਗ ਤੇ, ਭਗਤੀ ਨਾ ਛੋਡੋ ਰਾਮ ਜੀ ਪਲ ਜੋਗ, ਭਗਤ ਨਾ ਛੋਡੋ ਰਾਮ ਕੀ ਪਾਵੇ ਨਿੰਦੋ ਲੋਗ। ਇਹ ਰਾਹ ਤੇ ਚੱਲਣ ਵਾਲਿਆਂ ਨੂੰ ਬੜੀ ਨਿੰਦਿਆ ਕਰਦੇ ਨੇ। ਕੌਣ ਕਰਦਾ ਹੈ ਨਿੰਦਿਆ? ਕੌਣ ਕਰੇ ਨਿੰਦਿਆ? ਕੌਣ
ਪਿਆਰ ਵਿੱਚ ਦੇਖੋ। ਸ਼ਾਬਾਸ਼ ਬੀਬੇ ਹੋ ਬਈ, ਵਾਹ ਵਾਹ, ਜਿਹੜਾ ਤੁਸੀਂ ਆਪਣੀ ਵਾਰੀ ਲੈ ਲਈ। ਦੋਵੇਂ ਨਗਰ ਪਾਗਾਂ ਵਾਲੇ ਅਜੇ ਤੱਕ ਬਹੁਤ ਲੰਮੀ ਲਾਈਨ ਲੱਗੀ ਹੋਈ ਹੈ, ਨਮਸਕਾਰ ਕਰਨ ਦਾ ਸਮਾਂ ਨਹੀਂ ਮਿਲ ਰਿਹਾ। ਅੱਜ ਰੱਬ ਇੱਥੇ ਕਿ ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ ਹੈ। ਦੋਨੇ ਨਗਰਾਂ ਵਾਲਿਓ, ਪਟੜੀ ਫੇਰ ਇਲਾਕਾ ਮੈਂ ਪਹਿਲਾਂ ਬੋਲ ਚੁੱਕੇ ਹਾਂ, 47 ਤੋਂ ਬਾਅਦ ਕਦੇ ਤੁਸੀਂ ਨਵਾਬ ਸਾਹਿਬ ਦੇ ਇਕੱਠ ਦੇਖਿਆ? ਇਉਂ ਕਦੇ ਤੁਹਾਨੂੰ ਬੁਲਾਇਆ ਨਵਾਬਾਂ ਬੇਗਮਾਂ ਨੇ? ਕਦੇ ਮੰਤਰੀਆਂ ਨੇ ਬੁਲਾਇਆ? ਸੋਚਿਆ ਹੁਣ ਇੱਥੇ ਰੱਬ ਝੁਕਿਆ ਖੜਾ, ਰੱਬ ਇੱਥੇ ਰੱਬ ਆ ਨੇ ਸਾਧੂਆਂ ਸੰਤਾਂ ਫਕੀਰਾਂ ਫਕੀਰਾਂ ਦੀਆਂ ਜਿਹੜੀਆਂ ਕਮਾਈਆਂ ਦਾ ਸਦਕਾ ਉਹ ਆ ਇਲਾਕੇ 'ਚ ਮੈਂ ਪਹਿਲੀ ਦਫ਼ਾ ਦੇਖ ਰਿਹਾ। ਆਨੰਦ ਉਹ ਬੜੇ ਗਏ ਦੀਵਾਨ। ਆ ਜਿਹੜਾ ਅੱਜ ਇੱਕ ਨੂਰ ਵਰ ਰਿਹਾ, ਆ ਮਹਾਨ ਤੀਰਥਾਂ ਦਾ ਰੂਪ, ਤੀਰਥ ਨਾਤਿਆਂ ਇੱਕ ਫਲ, ਸੰਤ ਮਿਲੇ ਫਲ ਚਾਰ, ਸਤਿਗੁਰ ਮਿਲੇ ਅਨੇਕ ਫਲ, ਕਹਿਤ ਕਬੀਰ ਵਿਚਾਰ। ਬਈ ਨਿੰਦਿਆ ਕੌਣ ਕਰਦਾ? ਕਿ ਕਰਦੇ ਜ਼ਰੂਰ ਨੇ। ਜੈ ਮਨ ਨਾਹੀ ਗਿਆਨ, ਜਿਨ੍ਹਾਂ ਨੂੰ ਗਿਆਨ ਨਹੀਂ, ਪਤਾ ਨਹੀਂ, ਸੋਝੀ ਨਹੀਂ, ਚਾਨਣ ਨਹੀਂ। ਰਾਮ ਕਬੀਰਾ ਰੱਬ ਰਹੇ ਅਵਰ ਤਜੈ ਸਭ ਕੰਮ। ਇਹਨਾਂ ਵੱਲ ਲੋਕਾਂ ਵੱਲ ਨਾ ਦੇਖੋ, ਇਹ ਨਿੰਦਿਆ ਵਾਲਿਆਂ ਵੱਲ ਨਾ ਦੇਖੋ, ਸੁਣੋ ਇਹਨਾਂ ਦੀ ਗੱਲ। ਆਪਦੇ ਰਾਹ 'ਤੇ ਸਿੱਧੇ ਤੁਰੇ ਚੱਲੋ, ਆਪਦੀ ਭਗਤੀ ਦੇ ਮਾਰਗ 'ਤੇ ਚਲੇ ਚੱਲੋ, ਬਸ ਇਹੋ ਹੀ ਸਭ ਤੋਂ ਵੱਡਾ ਬਚਾਓ। ਔਰ ਆਪਣੀ ਮਿਆਨ ਵਿੱਚ ਸਮਝੋ ਤਲਵਾਰ ਹੈ, ਅੰਦਰ ਤੁਹਾਡੀ ਸ਼ਕਤੀ ਭਗਤੀ ਨਾਮ ਨਹੀਂ ਹੈ। ਉਹ ਨਿੰਦਕਾਂ ਦੇ ਤਾਂ ਉੱਥੇ ਸੁਣਿਆ ਹੀ ਸੀ ਨਾ, ਭੋਗੀਵਾਲ ਦੇ ਦੀਵਾਨ 'ਤੇ ਕੀ ਹਾਲ ਹੁੰਦੇ ਨੇ ਦੂਸਰੇ ਦੀਵਾਨ 'ਤੇ। ਹੁਣ ਪਿਆਰ ਵਿੱਚ ਗੁਰੂ ਰਾਮਦਾਸ ਜੀ ਦਾ ਛੱਕਾ, ਜਿਨ ਅੰਤਰ ਗੁਰਮੁਖ ਪ੍ਰੀਤ ਹੈ, ਤਿੰਨ ਹਰ ਰੱਖਣ ਹਾਰਾ ਰਾਮ ਰਾਜੇ। ਰਾਮ ਦਾ ਰਾਜ ਸਭ ਤੋਂ ਬੜਾ, ਰਾਮ ਦੇ ਰਾਜ ਨੂੰ ਕੋਈ ਖਤਮ ਨਹੀਂ ਕਰ ਸਕਦਾ। ਬਾਕੀ ਰਾਜ ਝੂਠੇ ਨੇ, ਲਹਿੰਦੇ ਚੜ੍ਹਦੇ ਨੇ ਰਾਜ, ਛੋਟੀਆਂ ਰਿਆਸਤਾਂ ਤੋਂ ਵੱਡੇ ਵੱਡੇ ਰਿਆਸਤਾਂ ਦੇ ਰਾਜੇ, ਵਿਦੇਸ਼ਾਂ ਦੇ ਰਾਜੇ, ਅਦਲਾ ਬਦਲੀ ਹੁੰਦੀ ਹੈ। ਰਾਮ ਰਾਜੇ ਦਾ ਜੋ ਅਰਥ ਹੈ, ਰਾਮ ਦਾ ਰਾਜ ਸਭ ਤੋਂ ਉੱਚਾ ਸੁੱਚਾ ਵੱਡਾ, ਉਹਨੂੰ ਕੋਈ ਖਤਮ ਨਹੀਂ ਕਰ ਸਕਦਾ। ਧੰਨ ਗੁਰੂ ਰਾਮਦਾਸ ਨਿਹਾ ਰਾਮ ਦਾ। ਫਿਰ ਅਸੀਂ ਰਾਮ ਦੇ ਰਾਜ ਵਿੱਚ, ਅੱਜ ਆ ਰਾਮ ਦੇ ਹੀ ਰਾਜ ਵਿੱਚ ਬੈਠੇ ਹਾਂ, ਝੂਠੇ ਰਾਜ ਵਿੱਚ ਨਹੀਂ ਬੈਠੇ। ਜਿਨ ਅੰਤਰ ਗੁਰਮੁਖ ਪ੍ਰੀਤ ਹੈ, ਤਿਨ ਹਰ ਰੱਖਣ ਹਾਰਾ ਰਾਮ ਰਾਜੇ, ਤਿਨ ਕੀ ਨਿੰਦਾ ਕੋਈ ਕਿਆ ਕਰੇ, ਕੀ ਕਰ ਲੂ ਨਿੰਦਿਆ ਕਰ। ਜਿਨ ਹਰ ਨਾਮ ਪਿਆਰਾ, ਜਿਨ ਹਰ ਸੇਤੀ ਮਨ ਮਾਨਿਆ, ਇੱਕ ਦਾ ਰੱਬ ਵੱਲ। ਰਾਤ ਵੀ ਦੀਵਾਨ ਮੋਹਾਲੀ ਦੇ ਮੁੱਢ ਚੰਡੀਗੜ੍ਹ 'ਚ ਇਹੀ ਚੱਲਿਆ ਕਿ ਇੱਕ ਸੱਜਣ ਕਹਿੰਦਾ ਜੱਗ ਸੱਚਾ, ਦੂਆ ਕਹਿੰਦਾ ਹੈ ਵਿਵੇਕੀ, ਕਹਿੰਦਾ ਨਹੀਂ ਇੱਥੇ ਕਿਸੇ ਨੇ ਨਹੀਂ ਰਹਿਣਾ ਸਦਾ, ਕਿਸੇ ਨੇ ਨਹੀਂ ਰਹਿਣਾ ਸਦਾ। ਆ ਲੁੱਟ ਲੁੱਟ ਲਓ, ਬੀਜ ਬੀਜ ਲਓ ਜਿਨ੍ਹਾਂ 'ਤੇ ਬੀਜਿਆ ਜਾਂਦਾ ਭਾਈ। ਜਿਨ ਹਰ ਸੇਤੀ ਮਨ ਮਾਨਿਆ, ਅੱਜ ਰੱਬ ਨਾਲ, ਹਰੀ ਨਾਲ, ਪਰਮਾਤਮਾ ਨਾਲ, ਗੁਰੂ ਨਾਲ ਜਿਨ੍ਹਾਂ ਦਾ ਮਨ ਮੰਨ ਗਿਆ ਅੱਧੇ ਪਾਸੇ, ਬਾਕੀ ਫਿਰ ਸਭ ਦੁਸ਼ਟ ਝੱਕ ਮਾਰਾ। ਜਿਹੜੇ ਸਾਧੂਆਂ ਦੇ, ਭਗਤਾਂ ਦੇ, ਗੁਰੂਆਂ ਦੇ, ਨਾਮ ਜਪਣ ਵਾਲਿਆਂ ਦੇ ਨਿੰਦਕ ਨੇ, ਉਹ ਝੱਕ ਮਾਰਾ। ਸਭ ਦੁਸ਼ਟ ਕਿਹਾ ਉਹਨਾਂ ਨੂੰ, ਦੁਸ਼ਟ ਭਗਤ ਨਹੀਂ ਕਿਹਾ, ਦੁਸ਼ਟ ਕਿਹਾ। ਬੁਰਿਆਈਆਂ ਵਾਲਾ ਜੀਵਨ, ਬੁਰੇ ਪੁਰਸ਼, ਬਕੈ ਸਾਧ ਨਿੰਦ ਬਕਵਾਸ ਕਹਿਣ, ਦੁਸ਼ਟਾਂ ਦੀ ਸਭਾ ਵੀ ਲੱਗਦੀ ਹੈ, ਦੁਸ਼ਟੀ ਸਭਾ ਵੀ ਗੁੱਚੀ ਹੈ। ਸੰਤ ਸਭਾ ਕੋ ਸਦਾ ਜੈਕਾਰ, ਅੱਜ ਸੰਤਾਂ ਭਗਤਾਂ ਦੀ ਸਭਾ ਗੁਰੂ ਦੀ,
ਜੈ ਜੈਕਾਰ ਹੋ ਰਹੀ ਹੈ। ਕੋਈ ਛੋਟਾ ਨਹੀਂ, ਕੋਈ ਬੜਾ ਨਹੀਂ, ਸਭ ਰੱਬ ਦਾ ਹੀ ਰੂਪ ਇੱਥੇ ਨਜ਼ਰ ਆ ਰਹੇ ਨੇ। ਐ ਨਹੀਂ ਕਿਸੇ ਨੂੰ ਧੱਕਾ ਦਿੱਤਾ ਜਾਂਦਾ ਕਿ ਤੂੰ ਨਿਕਲ ਇੱਥੋਂ ਬਾਹਰ, ਬਿਲਕੁਲ ਨਹੀਂ। ਸਭ ਦੁਸ਼ਟ ਚੱਕ ਮਾਰਾ ਦਾ ਅਰਥ ਪਾਣੀ 'ਚ ਮਧਾਣੀ ਹੈ, ਕੁਛ ਨਹੀਂ ਹੱਥ ਹੋਣਾ, ਰਿੜਕੀ ਜਾਇਓ ਪਾਣੀ। ਜਨ ਨਾਨਕ ਨਾਮ 'ਤੇ ਆਇਆ ਤਿੰਨ ਹਰ ਰੱਖਣ ਹਾਰਾ, ਫਿਰ ਵੀ ਪਰਮਾਤਮਾ ਹੀ ਰੱਖ ਹੈ। ਭਾਈ ਹੁਣ ਸਲੋਕ ਪੜ੍ਹੋ ਜੋਟੀਆਂ 'ਚ, ਐਵੇਂ ਜਿਵੇਂ ਜਿੱਥੇ ਜਿੱਥੇ ਬਾਣੀ ਪੜ੍ਹਨ ਵਾਲੇ ਭਾਵੇਂ ਦੂਰ ਤੱਕ ਜਗ੍ਹਾ ਪਿਆਰ ਨਾਲ ਤੁਹਾਨੂੰ ਪ੍ਰਾਪਤ ਹੋਈ। ਧੰਨ ਗੁਰੂ ਅੰਗਦ ਸਾਹਿਬ ਜੀਓ, ਸਲੋਕ ਮਗਲਾ ਦੂਜਾ ਏਕ ਨੇਗੀ ਦਾਸ ਆਪਸ ਦੇ ਦੋ ਪਾਈਏ ਏਕ ਨੇਗੀ ਚਾਕਰੀ ਜਿਸ ਪਾਸ ਨਾ ਜਾਏ ਨਾਨਕ ਅੰਤ ਨਾ ਜਾ ਗਲੀ ਜਜੀਰੀਆ ਇਤ ਤੁਰੀ ਚੜੇ ਵਿਸਿਆਰ ਨਾਨਕ ਕਰਨਾ ਜਿਨ ਕੀਆ ਫਿਰ ਤਿਸਕੀ ਕਰਨੀ ਸਾਰ ਸ਼ਾਬਾਸ਼। ਜਿਵੇਂ ਲੱਜਿਆ ਦਰੋਪ ਤਾਂ ਦੀ ਰੱਖੀ ਹੈ ਉਵੇਂ ਜਿਵੇਂ ਰੱਖੀ ਮਾਲਕਾ ਜਿਵੇਂ ਲੱਜਿਆ ਦਰੋਪ ਤਾਂ ਦੀ ਰੱਖੀ ਹੈ ਉਵੇਂ ਜਿਵੇਂ ਰੱਖੀ ਮਾਲਕਾ ਲੱਜਿਆ ਦਰੋਪ ਤਾਂ ਦੀ ਰੱਖੀ ਹੈ ਉਵੇਂ ਜਿਵੇਂ ਰੱਖੀ ਮਾਲਕਾ ਜਿਵੇਂ ਲੱਜਿਆ ਦਰੋਪ ਤਾਂ ਦੀ ਰੱਖੀ ਹੈ ਉਵੇਂ ਜਿਵੇਂ ਰੱਖੀ ਮਾਲਕਾ
ਸ਼ਾਸਨ ਮੱਥੇ ਬਾਲ ਦਰੋਪਦੀ ਆਂਦੀ ਮੱਥੇ ਬਾਲ ਸਵਾ ਭਰੀ ਚ ਐ ਕੇਸਾਂ ਤੋਂ ਮੂਹਰਲਿਆਂ ਤੋਂ ਮੱਥੇ ਦੇ ਕੋਲ ਨੇ ਜਿਹੜੀ ਫੜਕੇ ਦੂਤ ਉਹਨੂੰ ਖਿੱਚੀ ਆਉਂਦੇ ਨੇ ਸਵਾ ਵਿੱਚ ਆਂਦੀ ਲੈ ਆਂਦੀ ਹੁਣ ਪੁੱਛ ਰਹੇ ਨੇ ਦੁਰਯੋਧਨ ਨੇ ਪੁੱਛਿਆ ਕਿਸੇ ਵੇਲੇ ਤਾਂ ਮੈਨੂੰ ਮਸ਼ਕਰੀ ਕੀਤੀ ਸੀ ਵੀ ਅੰਨੇ ਆਉਂਦੇ ਆਨਾ ਹੀ ਰਿਹਾ ਅੱਜ ਮੈਂ ਉਹਦਾ ਬਦਲਾ ਲੈਣੇ ਕਦੇ ਕਿਸੇ ਨੂੰ ਕੌੜਾ ਫਿੱਕਾ ਨਾ ਲਫ਼ਜ਼ ਬੋਲੋ ਬਚੋ ਰੜਕਦਾ ਰਹਿੰਦਾ ਸ਼ਾਸਤਰ ਮਾਰੋ ਗੋਲੀ ਮਾਰੋ ਕਹਾ ਮਿਟ ਜੂ ਤਲਵਾਰਾਂ ਬਰਛੇ ਗੰਡਾਸੇ ਕਹਾ ਮਿਟ ਜਾਣਗੇ ਜ਼ਖਮ ਮਿਟ ਜਾਣਗੇ ਸਿਉਂਤੇ ਜਾਣਗੇ ਪਰ ਜਿਹੜਾ ਬੋਲ ਬੋਲਿਆ ਉਹ ਰੜਕਦਾ ਰਹੂਗਾ ਉਹ ਨਹੀਂ ਮਿਟਦਾ ਤੈਂ ਕਿਸੇ ਵੇਲੇ ਮੈਨੂੰ ਮਸ਼ਕਰੀ ਕੀਤੀ ਸੀ ਰੰਗ ਮਹਿਲ ਵਿੱਚ ਮੈਂ ਉਹਦਾ ਬਦਲਾ ਲੈ ਰਿਹਾ ਅੱਜ ਦੂਤਾਂ ਨੂੰ ਫੁਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ ਪੰਚਾਲ ਦੇਸ਼ ਵੀ ਹੈ ਪੰਜ ਪਾਂਡਵਾਂ ਦੇ ਘਰ ਵਾਲੀ ਦੋ ਹਜ਼ਾਰ ਤੋਂ ਗਏ ਨੇ ਇਹ ਬਾਂਦੀ ਨੂੰ ਇਹ ਨੌਕਰਾਣੀ ਨੂੰ ਉਹਨਾਂ ਦੀ ਘਰਵਾਲੀ ਨੂੰ ਬਾਂਦੀ ਸ਼ਬਦ ਉਰਦੂ ਦਾ ਹੈ ਇਹ ਰਾਜੇ ਮਹਾਰਾਜਿਆਂ ਦੇ ਘਰਾਂ ਵਿੱਚ ਵਰਤਿਆ ਜਾਂਦਾ ਸੀ ਖਾਸ ਕਰਕੇ ਬਾਂਦੀ ਇਹਨੂੰ ਨਿਗੇਸ਼ ਕਰ ਦਿਓ ਸਾਹਮਣੇ ਪਿਤਾ ਫਿਰ ਯਾਦ ਆਇਆ ਉਹ ਜੇ ਮੇਰਾ ਪਿਓ ਹੁੰਦਾ ਮੇਰੀ ਰੱਖਿਆ ਕਰਦਾ ਇੰਨਾ ਲਫ਼ਜ਼ ਨਹੀਂ ਸੀ ਬੋਲਣ ਦਿੰਦਾ ਦਰੋਣਾਚਾਰੀਆ ਦੋਏ ਪਾਲਟੀਆਂ ਕੈਰਵ ਅਤੇ ਪਾਂਡਵਾਂ ਦੇ ਸ਼ਾਸਤਰ ਗੁਰੂ ਵੀ ਵਿਚਾਲੇ ਬੈਠੇ ਨੇ ਐ ਗੁਰੂ ਦੇਵ ਸ਼ਾਸਤਰ ਗੁਰੂ ਮੇਰੀ ਰੱਖਿਆ ਕਰ ਨਹੀਂ ਕੀਤੀ ਸਗੋਂ ਨੀਵੀਂ ਪਾ ਲਈ ਬੁਰਿਆ ਤੈਥੋਂ ਨਹੀਂ ਡਰਦੇ ਤੇਰੀ ਬੁਰਿਆਈ ਤੋਂ ਡਰਦੇ ਹਾਂ ਤਲੇ ਪੁਰਸ਼ ਚੁੱਪ ਹੋ ਜਾਂਦੇ ਨੀਵੀਂ ਪਾ ਲਈ ਪਾਤਰ ਖਾਓ ਬਈ ਇਹ ਤੋਂ ਖਬਰ ਹੈ ਕਿੱਧਰ ਚੱਲ ਪੂ ਇਹ ਭਰੀ ਸਭਾ ਵੱਲ ਦੇਖਿਆ ਨਹੀਂ ਆਸਰਾ ਕਿਸੇ ਨੇ ਦਿੱਤਾ ਸੰਗਤ ਅੰਧਿਆਂ ਦੀ ਅੰਧੇ ਹੋਏ ਇਕੱਠੇ ਅੰਧੀ ਪਰਜਾ ਤੇ ਅੰਧਾ ਦਰਬਾਰ ਤੇਰਾ ਚੌਥੇ ਪਾਸੇ ਦਰਬਾਰੀ ਲੋਕਾਂ ਵੱਲ ਰਾਜੇ ਮਹਾਰਾਜਿਆਂ ਦੇ ਮੰਤਰੀ ਦੀਵਾਨ ਤੁਸੀਂ ਵੀ ਮਦਦ ਕਰ ਦਿਓ ਮੇਰੀ ਨਹੀਂ ਕੀ ਜਦੋਂ ਵਸਤਰ ਫਾੜ ਖਿੱਚ ਖਿੱਚ ਕੇ ਫਾੜਦੇ ਇੱਧਰੋਂ ਕੋਈ ਇੱਧਰੋਂ ਖਿੱਚੇ ਉਦੋਂ ਅੱਖਾਂ ਮੀਟ ਲਈਆਂ ਕਹਿੰਦੀ ਹੁਣ ਗਈ ਹਾਂ ਗੱਲ ਅੱਖੀ ਮੀਟ ਧਿਆਨ ਤਰ ਹੁਣ ਉਹ ਧਰਤੀ ਵੱਲ ਤੱਕਿਓ ਹਸਤਨਾਪੁਰ ਯੁੱਧ ਹੋਏ ਕੁਰਕਸ਼ੇਤਰ 'ਚ ਜੋੜ ਮੇਲ ਆ ਰਿਹਾ ਕਪਾਲ ਮੋਚਨ ਪੂਰਨਮਾਸ਼ੀ ਜਿੱਥੇ ਇਹ ਗਾੜਾ ਮਹਾਂਭਾਰਤ ਖਾਸ ਕਰਕੇ ਗਾਇਆ ਜਾਂਦਾ ਹੈ ਰਾਮਾਇਣ ਜਾਂ ਮਹਾਂਭਾਰਤ ਗੀਤਾ ਉਹ ਧਰਤੀ ਵਿੱਚ ਸਭ ਤੋਂ ਜ਼ਿਆਦਾ ਪ੍ਰਤਾਪ ਸਨ ਭਗਵਾਨ ਦਾ ਮੰਨਿਆ ਜਾਂਦਾ ਹੈ ਵੀ
ਅਸੀਂ ਮਾਲਵੇ ਦੇ ਲੋਕ ਆ ਸਾਂਝੇ ਬੈਠੇ ਹਾਂ, ਦੇਖ ਰਹੇ ਹੋ ਇੱਥੇ ਜੋ ਅੰਮ੍ਰਿਤ ਦਾਤ ਅਸੀਂ ਪ੍ਰਾਪਤ ਕਰਦੇ ਹਾਂ ਆਪਣੇ ਗੁਰੂ ਤੋਂ, ਜਿੱਥੇ ਨਿਸ਼ਚੈ ਸ਼ਰਧ ਹੈ ਧਿਆਨ ਧਰ ਕਿਹਦੇ ਵੱਲ? ਹਾ ਹਾ ਇੱਕ ਕਹਿੰਦੇ ਆ, ਹਾ 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 ਹੱਸ ਕੇ ਮੁੰਡੇ ਮਸ਼ਕਰੀਆਂ ਕਰਦੇ ਨੇ, ਆਪਾਂ ਵੀ ਕਈ ਦਫ਼ਾ ਹਾ ਹਾ ਹਾ, ਇੱਕ ਹਾ ਹਾ ਦੁੱਖ ਦੀ ਆਵਾਜ਼ ਦਿਲ ਖਿੱਚ ਗਈ, ਰੋਣ ਲਾ ਦਿੱਤੇ। ਕ੍ਰਿਸ਼ਨ ਕਰੇ ਬਿਲ ਲਾਂਦੀ ਬਿਲਾ ਕੇ, ਬਿਰਲਾਪ ਪਾਉਣਾ ਕਹਿ ਦਿਓ ਸਿੱਧਾ, ਰੋ ਰਹੀ ਹੈ ਬਿਰਲਾਪ ਕਰਦੀ ਹੈ, ਐ ਕ੍ਰਿਸ਼ਨ ਐ ਭਗਵਾਨ ਮੈਂ ਸਾਰੀਆਂ ਢੇਰੀਆਂ ਟਾ ਕੇ ਇੱਕੋ ਢੇਰੀ ਰੱਖੀ ਸ਼ਾਮ ਦੀ, ਰਾਮ ਦੀ ਤੇਰੀ ਢੇਰੀ ਰਹਿ ਗਈ, ਹੋਰ ਮੈਂ ਤਾਂ ਸਾਰੀਆਂ ਢੇਰੀਆਂ ਪੜ੍ਹ ਵੀ ਲਓ ਪਿਆਰ ਨਾਲ ਸੀ ਬਈ, ਮੈਂ ਤਾਂ ਸਾਰੀਆਂ ਇੱਕ ਖਿਣ ਪਲਕ ਦੇ ਵਿੱਚ ਹੀ ਆਹ ਦੇਖ ਲਓ ਨਮਸਕਾਰਾਂ ਜੋੜ ਮੇਲ ਕੈਸਾ ਬਣਿਆ। ਅੱਜ ਭਾਈ ਸਾਹਿਬ ਇੱਕ ਹੋਰ ਗੱਲ ਕਹਿੰਦੇ, ਕਿਉਂਕਿ ਸਾਡਾ ਤਾਂ ਪਿਆਰ ਹੈ, ਹੋਰ ਨਹੀਂ ਮੈਂ ਗੱਲ ਕਰਦਾ। ਉਹ ਕੁਛ ਸਾਡਾ ਪਿਆਰ ਬਚਪਨ ਤੋਂ ਹੀ ਸੀ। ਕਹਿੰਦੇ ਅੱਜ ਤਾਂ ਇੱਕ ਤਾਂ ਗਿਆਨੀ ਜੀਆਂ ਦਾ ਬਚਨ ਚੱਲਿਆ, ਗਿਆਨੀ ਬਾਬੂ ਸਿੰਘ ਜੀ ਸੰਦੌੜ ਵਾਲਿਆਂ ਦਾ, ਦੂਜਾ ਕਹਿੰਦੇ ਅੱਜ ਫਕਰਾਂ ਦਾ ਦੇਖਿਓ, ਉਹ ਵੀ ਕਿਉਂਕਿ ਧੱਕੇ ਨਾਲੇ ਮੈਂ ਤਾਂ ਉਹਨਾਂ ਨੂੰ ਗ੍ਰਿਸ਼ਤੀ ਬਣਾਇਆ, ਵੈਸੇ ਉਹ ਚੱਲੇ ਤਾਂ ਇੱਧਰ ਹੀ ਸੀ। ਕਹਿੰਦੇ ਅੱਜ ਇਉਂ ਦੇਖ ਲਿਓ ਜੋੜ ਮੇਲਾ ਇਹੋ ਜਿਹਾ ਹੋਊ ਜਿਵੇਂ ਕੂਲੀ ਵਾਲੇ ਬਾਬੇ ਦੀ ਸੁਣੀ ਸੀ ਤੁਸੀਂ, ਪਿਆਰ ਦੀ ਖੇਡ ਇਹੋ ਜਿਹਾ ਹੋਣਾ ਅੱਜ। ਉਹ ਬਿਲਕੁਲ ਇਹ ਸਾਕਸ਼ਾਤ ਹੈ। ਮੈਂ ਕਿਆ ਖਬਰ ਹੈ ਵੀ ਬਾਬਾ ਉੱਧਰ ਭੁੱਲਰ ਨੇ, ਇੱਧਰ ਸੋਹੀ ਨੇ, ਅਤੇ ਗੱਲ ਜਿਹੜੇ ਪਿਆਰੇ ਨੇ ਉਹ ਮੋਹੀ ਨੇ, ਉਹਨਾਂ ਨੇ ਮੋਹ ਜ਼ਰੂਰ ਲੈਣਾ। ਵਾਹ ਜੀ ਵਾਹ, ਆ ਬੈਠੇ ਨੇ। ਮੈਂ ਕਹਿੰਦਾ ਇਕੱਲੇ ਇਕੱਲੇ ਕੋਠੇ ਕੰਧ ਮਕਾਨ ਚੋਂ ਆ ਦੋਵੇਂ ਗੁਰਦੁਆਰਿਆਂ ਚੋਂ ਧਰਤੀ ਵੀ ਅੱਜ ਧੰਨ ਧੰਨ ਕਰ ਰਹੀ ਆ, ਬਾਹਰ ਜਾ ਕੇ ਦੇਖੋ। ਮੈਂ ਕਿਹਾ ਭਗਤ ਜੀ ਨੇ ਖਾਨੀ ਬਾਬਾ ਵਾਲਾ ਸਥਾਨ ਛੱਡ ਕੇ ਆ ਇੱਕ ਦੁਕਾਨ ਜੀ ਕੋਲ, ਮੈਂ ਕਿਹਾ ਇੱਥੇ ਹੀ ਆ ਗਏ ਖਾਨੀ। ਇਹ ਕੀ ਪਤਾ ਵੀ ਘਰ ਘਰ ਅੱਜ ਤਾਂ ਧਰਮਸ਼ਾਲਾ ਬਣਾਈ ਪਈ ਹੈ, ਘਰ ਘਰ ਹੀ ਆ ਆਨੰਦ। ਇਹ ਰਿਕਾਰਡ ਤੋੜ ਹੈ ਭਾਈ ਸਾਹਿਬ ਦਾ ਬਚਨ ਹੋਣਾ ਸਾਹਮਣੇ ਆ, ਦੋ ਬਚਨ, ਇੱਕ ਅੱਧਾ ਹੋਰ ਵੀ ਕਿਹਾ ਸੀ, ਹੁਣ ਸਾਰੀ ਗਾਠੜੀ ਨਹੀਂ ਮੈਂ ਜੇ ਖੋਲਦਾ, ਤੁਸੀਂ ਤਾਂ ਕਹੋਗੇ ਹੁਣੇ ਹੀ ਸੁਣਾ ਦੇ ਸਾਰਾ ਕੁਛ। ਹੌਲੀ ਹੌਲੀ ਬੈਠੋ, ਨਮਸਕਾਰ ਹੈ ਕਰਦੇ ਜਾਓ, ਲੋ ਭੋਗ ਦਾ ਸਮਾਂ ਵੀ ਨੇੜੇ ਆਇਆ, 10 ਮਿੰਟ 12 ਰਹਿੰਦੇ ਨੇ ਮੇਰੇ ਭਗਤ ਜੀਆਂ ਨੇ ਉਦਣ, ਕਹਿੰਦੇ ਇੱਕ ਘੰਟਾ ਕੁ ਤਾਂ ਰਚਨਾ ਲਾ ਦਿਓ ਨਾ,
ਘੰਟਾ ਹੀ ਮੈਂ ਕਿਹਾ, 12 ਰਹਿੰਦੇ ਨੇ 13 ਮਿੰਟ। ਲੋ ਭਗਤ ਜੀ 5 ਮਿੰਟ 7 ਮੈਂ ਉੱਤੇ ਕਰਤੇ ਘੰਟੇ ਤੋਂ। ਹੁਣ ਆਨੰਦ ਸਾਹਿਬ ਦਾ ਪਿਆਰ ਨਾਲ ਦੋਏ ਹਿੱਸੇ ਗੁੰਜਾ ਨਾਲ ਦੀ ਨਾਲ ਸਲੋਕ ਤੋੜਦੇ। ਅਜੇ ਤੱਕ ਲਾਈਨ ਭੱਜੀ ਪਈ ਹੈ, ਕਰੀ ਚਲੋ ਨਮਸਕਾਰ, ਬੈਠੋ ਭਾਈ। ਰਾਮ ਕਲੀ ਮਕੱਲਾ ਤੀਜਾ ਆਨੰਦ ਏ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਹੋਏ। ਸਤਿਗੁਰ ਪਿਆ ਸਹਿਜ ਸੇਤੀ, ਰਾਗ ਰਤਨ ਪਰਿਵਾਰ ਕਰੀਆ, ਸ਼ਬਦ ਤਾਂ ਗਾਵੋ ਹਰੀ ਕੇ ਆਹ।
ਨਾਮ ਧਿਆਇਆ ਨਾਨਕ ਤੇ ਮੁਖਲੇ ਚੁੱਕੀ ਸਤਨਾਮ ਉਹਦੇ ਸਲੋਕ ਭਾਈ ਸਭ ਸੰਗਤਾਂ ਸਰਵਣ ਕਰੋ ਪਿਆਰ ਨਾਲ ਹਾਂਜੀ ਟਾਈਮ ਸਿਮਰਤ ਕਾਹੀ ਨਾਰਾਮ ਸਭ ਸੁਖਦਾਤਾ ਰਾਮ ਹੈ ਦੂਸਰ ਨਾਹੀ ਨਾ ਕੋਇ ਕਹੋ ਨਾਨਕ ਸੁੰਦਰੇ ਮਨਾ ਤੇ ਸਿਮਰਤ ਗਦ ਹੋਏ ਜੇ ਸਿਮਰਤ ਗਦ ਪਾਈਐ ਤੇ ਭਜਰੇ ਤੈ ਮੀਤ ਕਹੋ ਨਾਨਕ ਸੁੰਦਰੇ ਮਨਾ ਔਧ ਘਟਦ ਹੈ ਨੀਤ ਪਾਂਚ ਤਤ ਗੋ ਤੰਦਰ ਚੋ ਜਾਨ ਹੋ ਚਤੁਰ ਸੁਜਾਨ ਜਿਹ ਦੇਵ ਜਿਉ ਨਾਨਕਾ ਲੀਨ ਤਾਹੇ ਮਹਿਮਾਨ ਘੜ ਘਟ ਮੈਂ ਹਰਜੂ ਵਸੈ ਸੰਤਨ ਕੇ ਉਪਕਾਰ ਕਹੋ ਨਾਨਕ ਤੇ ਭਜ ਮਨਾ ਪੋ ਨਿਦੁਤ ਰਹਿ ਪਾਰ ਸੁਖ ਦੁਖ ਜਿਹ ਪਾਸੈ ਨਹੀਂ ਲਭ ਮੋ ਅਭਿਮਾਨ ਕਹੋ ਨਾਨਕ ਸੁੰਦਰੇ ਮਨਾ ਸੋ ਮੂਰਤ ਭਗਵਾਨ ਉਸ ਤੰਦਿਆ ਨਾਹੀ ਜਿਹ ਕੰਚਨ ਲੋਹ ਸਮਾਨ ਕਹੋ ਨਾਨਕ ਸੁੰਦਰੇ ਮਨਾ ਮੁਕਤ ਤਾਹੇ ਤੈ ਜਾਨ ਹਰ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁੰਦਰੇ ਮਨਾ ਮੁਕਤ ਤਾਹੇ ਤੈ ਜਾਨ ਐਹੋ ਕਹੋ ਦੇ ਤਨਹਿ ਨਹਿ ਪੈਮਾਨ ਤਵਾਨ ਕਹੋ ਨਾਨਕ ਸੁੰਦਰੇ ਮਨਾ ਗਿਆਨੀ ਤਾਹੇ ਬਖਾਨ ਜਿਹ ਵਿਖਿਆ ਸਗਲੀ ਤਜੀ ਲਿਓ ਤੇ ਖੈ ਰਾਗ ਕਹੋ ਨਾਨਕ ਸੁੰਦਰੇ ਮਨਾ ਤੇ ਨਰ ਮਾਥੇ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਪਿਓ ਦਾਸ ਕਹੋ ਨਾਨਕ ਸੁੰਦਰੇ ਮਨਾ ਤੇ ਘਾਟ ਬ੍ਰਹਮ ਨਿਵਾਸ ਜਿਹ ਪ੍ਰਾਣੀ ਹੋ ਮੈਂ ਤਜੀ ਕਰਤਾ ਰਾਮ ਪਛਾਣ ਕਹੋ ਨਾਨਕ ਵਹ ਮੁਕਤ ਨਰੇ ਮਨ ਸਾਚੀ ਮਾਨ ਪੈ ਨਾ ਸੁੰਦਰ ਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੇ ਕਾਮ ਜਿਹ ਵਾਗੁਨ ਗੋਬਿੰਦ ਭਜੋ ਕਰਨ ਸੁਨ ਹਰ ਨਾਮ ਕਹੋ ਨਾਨਕ ਸੁੰਦਰੇ ਮਨਾ ਪਰਹਿਨ ਜਮਕੇ ਧਾਮ ਜੋ ਪ੍ਰਾਣੀ ਮਮਤਾ ਪਜੈ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਣੇ ਔਰ ਲੇ ਤੋ ਧਾਰ ਜੋ ਸੁਪਨਾਰ ਪੇਖਣਾ ਏਸੇ ਜਗ ਕੋ ਜਾਨ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸਦਿਨ ਮਾਇਆ ਕਾਰਨੇ ਪ੍ਰਾਣੀ ਦੌਲਤ ਨੀਤ ਕੋਟਨ ਮੈਂ ਨਾਨਕ ਕਹੁ ਨਾਰਾਇਣ ਜਹ ਜੀਤ ਜੈਸੇ ਜਲ ਤੇ ਬੁਲਬਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਨਮੀਤ ਪ੍ਰਾਣੀ ਕਛੁ ਨਾ ਚੇਤੀ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਭਰਤ ਤਾਹੇ ਜਮ ਫੰਧ ਜੋ ਸੁਖ ਕਹੁ ਚਾਹੇ ਸਦਾ ਸ਼ਰਨ ਰਾਮ ਕੀ ਲੇਹ ਕਹੋ ਨਾਨਕ ਸੁਨਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾਂ ਵੀ ਮੂਰਖ ਲੋਗ ਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨ ਮਿਸਰਾਨ ਜੋ ਪ੍ਰਾਣੀ ਨਿਸ ਦਿਨ ਪਜੈ ਰੂਪ ਰਾਮ ਤੇ ਜਾਨ ਹਰ ਜਨ ਹਰਨ ਤੁਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਿਹੋ ਬਿਸਰੋ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨੇ ਕਾਮ ਪ੍ਰਾਣੀ ਰਾਮ ਨਾ ਚੇਤੀ ਮਦ ਮਾਇਆ ਕੈ ਅੰਧ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮ ਫੰਧ ਸੁਖ ਮੈਂ ਬਹੁ ਸੰਗੀ ਪਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜਨ ਨਾ ਅੰਤ ਸਹਾਈ ਹੋਏ ਜਨਮ ਜਨਮ ਪ੍ਰਮਦ ਫਿਰੇ ਮਿਟਨ ਜਮ ਕੋ ਤਰਾਸ ਕਹੋ ਨਾਨਕ ਹਰ ਭਜਨ ਨਾ ਨਿਰਪੈ ਪਾ ਰਹੇ ਬਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦੇ ਰਾਖ ਲਿਓ ਭਗਵਾਨ ਬਾਲ ਜਵਾਨੀ ਅਰਬਿਰਧ ਗੁਣ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਮਿਰਥਾ ਸਭ ਹੀ ਮਾਨ ਕਰਨ ਹੋ ਤੋ ਸੋ ਨਾ ਕੀਓ ਪਰੇ ਲੋਭ ਕਹਿ ਪੰਧ ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੈਂ ਰਮ ਰਹੇ ਹੋ ਨਿਕਸਤ ਨਾ ਹਿਨ ਮੀਤ ਨਾਨਕ ਮੂਰ ਜਿਦਰ ਜਿਉਂ ਛਾੜਤ ਨਾ ਹਿਨ ਪੀਤ ਨਰਚਾਤ ਕੁਛ ਹੋਰ ਔਰੇ ਕੀ ਔਰੇ ਪਈ ਚਿਤ ਪਤਰੇ ਉੱਠ ਗੌਰ ਨਾਨਕ ਵਾਸੀ ਗਲ ਪਰੀ ਜਤਨ ਵਾਸੂ ਕੇ ਕੀ ਹੈ ਦੂ ਕੋ ਕਿਉ ਨਾ ਕੋਏ ਕਹੋ ਨਾਨਕ ਸੁਣ ਰੇ ਮਨਾ ਹਰ ਪਾਵੇ ਸੋ ਹੋਏ ਜਗਤ ਵਿਖਾਰੀ ਫਿਰਦਾ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਦ ਹੈ ਪੂਰਨ ਹੋਵੇ ਕਾਮ ਝੂਠਾ ਮਾਨ ਕਾਂ ਕਰੇ ਜਗ ਸੁਪਨੇ ਜਿਉਂ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਿਹੋ ਬਖਾਨ ਗਰਬ ਕਰਤਾ ਹੈ ਦੇਹ ਕਹੋ ਬਿਨ ਸਹਿਚਨ ਮੈਂ ਬੀਤ ਜਿਹ ਪ੍ਰਾਣੀ ਹਰ ਜਸ ਕਹੇ ਹੋ ਨਾਨਕ ਤੇ ਜਗ ਜੀਤ ਜਿਹ ਘਾਟ ਸਿਮਰ ਰਾਮ ਕੋ ਸੋ ਨਰਮੁਕਤਾ ਜਾਨ ਤੇ ਨਰਾਰੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿਣਾ ਹੈ ਮਨ ਜੈਸੇ ਸੁਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਕਰੇ ਜੋ ਸਦਾ ਸਵਾਨ ਤਜ ਤਨੇ ਨਿਤ ਨਾਨਕ ਇਹ ਵਿਧਾਰ ਭਜਾ ਇੱਕ ਮਨ ਹੋਏ ਇੱਕ ਚਿੱਤ ਤੀਰਥ ਵਰਤਰ ਦਾਨ ਕਰਮਨ ਮੈਂ ਧਰਿਆ ਗੁਮਾਨ ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ
ਸਿਰਕਮ ਪਿਓ ਭਗੜਾ ਗਮ ਗਏ ਨੇ ਜੋਤ ਤੇ ਹੀਨ ਕਹੋ ਨਾਨਕ ਵਿਧ ਪਈ ਤਉ ਨਾ ਰਸਲੀਨ ਨਿਜ ਕਰਦੇ ਕਿਹੋ ਜਗਤ ਮੈਂ ਕੋ ਕਾਹੂ ਗੁਨਾਹ ਹੈ ਨਾਨਕ ਥਰਾਰ ਭਗਤ ਹੈ ਤੇਰਾ ਖੋ ਮਨ ਮਾਹ ਹੈ ਜਗ ਰਚਨਾ ਸਭ ਝੂਠ ਹੈ ਜਾਂ ਲਿਓ ਰੇ ਮੀਤ ਕਹਿ ਨਾਨਕ ਥਰਨਾ ਰਹਿ ਜੋ ਬਾਲੂ ਕੀ ਪੀਤ ਰਾਮ ਗਏ ਰਾਵਣ ਗਏ ਜਾਂ ਕਹੋ ਪਰਿਵਾਰ ਕਹੋ ਨਾਨਕ ਥਿਰਕਾ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀਜੀਆ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਰਨੇ ਕੋਏ ਜੋ ਪਜੋ ਸੋ ਬਿਨ ਸਹਿ ਪਰੋ ਅੱਜ ਕਾ ਕਾਲ ਨਾਨਕ ਹਰ ਗੁਣ ਗਾਇ ਲੇ ਛਾੜ ਸਗਲ ਜੰਜਾਲ ਦੋਹਿਰਾ ਬਲ ਛੁੱਟ ਕੇ ਬੰਧਨ ਪਰੇ ਕਾ ਚੁਣਾ ਹੋ ਤੋ ਪਾਏ ਕਹੋ ਨਾਨਕ ਕਬੋ ਠਰ ਕਾ ਜੋ ਹੋ ਸਹਾਇ ਬਲ ਹੋਇਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋ ਤੋ ਸਹਾਇ ਸੰਗ ਸਗਲ ਤੋ ਬਜ ਗਏ ਕਹੋ ਨਾਨਕ ਭਾਈਓ ਸਾਥ ਕਹੋ ਨਾਨਕ ਹੈ ਵਿਪਤ ਮੈਂ ਟੇਕੇ ਰਘੁਨਾਥ ਨਾਮ ਰਹੇ ਸਾਧੂ ਰਹੇ ਰਹੇ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿੰਜ ਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਏ ਹੋ ਜਾਂ ਕੈ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟਾਇਆ ਦਰਸ ਤੁਹਾਰ ਹੋਏ ਮੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਨ ਵਸਦੂ ਪਈਓ ਸਤ ਸੰਤੋਖ ਵੀ ਚਾਰੂ ਅੰਮ੍ਰਿਤ ਨਾਮ ਠਾਕੁਰ ਗਾ ਪਿਓ ਜਿਸ ਕਾ ਸਭ ਸੁਧਾਰੂ ਜੇ ਕੋ ਖਾਵੇ ਜੇ ਕੋ ਪੁੰਚਾ ਫੁਸਕਾ ਹੋਏ ਉਧਾਰੋ ਇਹ ਵਾਸ ਸਤ ਜੀ ਨਾ ਜਾਈ ਨਿਤੰਤ ਰੱਖ ਵਰਧਾਰੂ ਤਮ ਸੰਸਾਰ ਚਲੰਗ ਤਰੀ ਸਭ ਨਾਨਕ ਬਣੇ ਬਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾ ਤੋ ਨਹੀਂ ਮੈਨੂੰ ਜੋ ਕੀਤੋ ਹੋਈ ਮਹਿੰਦਰ ਗੁਣਿਆਰੇ ਕੋ ਗੁਰ ਨਹੀਂ ਆਪੇ ਦਰਜ ਹੋਈ ਤਰਸ ਪਾਇਆ ਮੇਰਾ ਮਤ ਹੋਈ ਸਤ ਗੁਰਸੋ ਜਨ ਮਿਲਿਆ ਨਾਨਕ ਨਾ ਮਿਲਿਆ ਤਾਂ ਜੀਵਨ ਤਨ ਮੰਥੀ ਵਹਿਰਾ ਇੱਕ ਅੰਕਾਰ ਸਤਗੁਰ ਪ੍ਰਸਾਦ ਰਾਗ ਮਾਲਾ ਰਾਗ ਇੱਕ ਸੰਗ ਪੰਚ ਬਰੰਗ ਸੰਗ ਲਾ ਪਹਿ ਆਠ ਨੰਦਨ ਪ੍ਰਥਮ ਭਾਗ ਤੇਰਾ ਵੇ ਕਲੀ ਪੰਚ ਰਾਗ ਨਹੀਂ ਸੰਗ ਚਰੀ ਪ੍ਰਥਮ ਪੈਰ ਵੇ ਬਲਾਵਲੀ ਪੁਨਾ ਕੀ ਗਾਵੇ ਬੰਗਲੀ ਪੁਨਸ ਲੇਖੀ ਕੀ ਬਈ ਵਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚ ਮਾਰਗ ਦਸਾਗ ਸੁਣਾਵੇ ਬੰਗਲ ਮਤ ਮਾਧਵ ਗਾਵੇ ਲਲਤ ਬਲਾਵਲ ਗਾਵੀ ਆਪਣੀ ਆਪਣੀ ਪਾਤ ਅਸ਼ਟ ਪੁੱਤਰ ਪੈਰ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੋਸ ਕਾਲ ਆਪੇ ਸੰਗ ਰਾਗ ਨਹੀਂ ਪੰਚੋ ਥਾ ਪਹਿ ਗੁੰਡ ਕਰੀ ਹਰਦੇਵ ਗੰਦਾਰੀ ਗੰਦਾਰੀ ਸਿਉ ਦੀ ਵਿਚਾਰੀ ਤਰਾਸਰੀਏ ਪੰਚੋ ਗਾਈ ਮਾਲ ਰਾਗ ਕੋਸਕ ਸੰਗਲਾਈ ਮਾਰੂ ਮਾ ਸੰਗ ਮਿਵਾਰਾ ਪ੍ਰਭ ਚੰਡ ਕੋਸਕ ਬਾਰਾ ਕਹੋ ਗੜੀਆ ਪਾਵ ਰਮਦ ਗਾਇਸ ਮਾਲ ਕੋਸਕ ਸੰਗਲਾਈ ਪੁਨਾਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਕੂਠੈ ਤਨ ਕਲੋਲ ਗਾਇਨ ਧਾਰ ਮਲਾ ਹੋਈ ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਵਾਈ ਸਰਸਰੀ ਲੈ ਪਾਰ ਜਾ ਸੰਗਲਾਈ ਪੰਚੋ ਵਾਰ ਜਾ ਸੁਰਮਾਨੰਦ ਪਾਸ ਕਰਾਏ ਚੰਦਰ ਬਿਮ ਮੰਗਲ ਸਵਾਈ ਸਰਸਵਾ ਨਵਾਹੀ ਬਨੁਦਾ ਗਾਵੇ ਸਰਸਵੰਤ ਕਮੁਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਾਈ ਦੀਪਕ ਕੀ ਵਾਰੀ ਕੇ ਚਲੀ ਪਟ ਮੰਜਲੀ ਟੋਡੀ ਕਹੀ ਅਲਾਪਕਾ ਮੋਦੀ ਗੁਜਰੀ ਸੰਗ ਦੀਪਕ ਕੇ ਥਾ ਕਾਲੰਕਾ ਕੁੰਤਲੋ ਰਮਾ ਕਮਲ ਕੁਸਮ ਚੰਪਕ ਕੇ ਨਾਮਾ ਗੌਰਾ ਕਾਂਦਰਾ ਕਲਿਆਣ ਅਸ਼ਟ ਪੁੱਤਰ ਦੀਪਕ ਕੇ ਜਨ ਸਮਿਲ ਜੀ ਆਗ ਵੈ ਗਾਵੇ ਪੰਚੋ ਸੰਗ ਬਰੰਗ ਲਵੇ ਵੈਰਾਰੀ ਕਰਨਾਟੀ ਤਰੀ ਗਬਰੀ ਗਵੈ ਸਾਵਰੀ ਤੇ ਪਾਛਾ ਸੰਦਰੀਲਾ ਪੀਸਰੀ ਰਾਗ ਸਮ ਪੰਚੋ ਥਾ ਪੀਸਾ ਲੂ ਦਾਰਕ ਸਾਗਰ ਔਰ ਗੁਣ ਗਭੀਰ ਅਸ਼ਟ ਪੁੱਤਰ ਚਰਾ ਕੇ ਗੁਣ ਕੋ ਬਹੰਬੀਰ ਖਸ਼ਟ ਮੇਗ ਰਾਗ ਵੈ ਗਾਵੇ ਪੰਚੋ ਸੰਗ ਬਰੰਗ ਲਵੇ ਸੋਟ ਗੁਣ ਮਲਾਰੀ ਤੁਨੀ ਪੁਨ ਗਾਵੇ ਆਸਾ ਗੁਣ ਗੁਣੀ ਉਚਾ ਸੁਰ ਸੋ ਆਪਨ ਕੀਨੀ ਮੇਗ ਰਾਗ ਸਮ ਪੰਚੋ ਜੀਨੀ ਬਹਿਰਾ ਦਰਗਾ ਦਰ ਕੇਦਾਰਾ ਜਾਵਲੀ ਤਰਨਾ ਟੋ ਜਲ ਧਾਰਾ ਪੁਨਗਾ ਰਹੇ ਗਾਵੇ ਸੰਕਰੋ ਸਮਾਂ ਮੇਗ ਰਾਗ ਪੁੱਤਰ ਕੇ ਨਾਮਾ ਕਲਸ ਰਾਗ ਨੂੰ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗ ਗੰਨ ਕੇ ਅਠਾਉ ਰਹੇ ਦਸ ਵੀਸ ਤੀਕ ਅੰਕਾਰ ਸਤਨਾਮ ਕਰਦਾ ਪੁੱਖ ਨਿਰਭਉ ਨਿਰਭੈਰ ਅਕਾਲ ਮੂਰਤ ਜੁਨੀ ਸਾਹਿਬ ਅੰਗੁਰ ਪ੍ਰਸਾਦ ਜਾ ਪਾ ਸਜਵਾ ਸੱਚ ਹੈ ਪੀ ਸੱਚ ਨਾਨ ਖੁਸੀ ਪੀ ਸੱਚ ਸੋਚੈ ਸੋਚ ਨਾ ਹੋਵੇ ਜਦੋਂ ਕੀ ਲੱਖ ਵਾਰ ਚੁੱਪੈ ਚੁਪਨਾ ਜੇ ਲਾਇ ਰਹਾਂ ਅਵਤਾਰ ਉਹ ਕਿਹਾ ਆਪਣਾ ਤੋ ਜਬੰਨਾ ਪੁਰੀਆਂ ਭਾਰ ਸਾਹ ਸਿਆਣਪਾਂ ਲੱਖ ਹੋਏ ਤੱਕ ਨ ਚਲੈ ਨਾਲ ਕੇ ਰਿਸ਼ਤਿਆਰਾ ਹੋਈ ਹੈ ਕਿ ਕੁੜਾ ਤੁੜੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਬਣਾ ਅਕਾਰ ਹੁਕਮ ਨਾ ਕਹਿਆ ਜਾ ਹੁਕਮੀ ਹੋ ਬੰਜੀ ਹੁਕਮ ਲੈ ਵਡਿਆਈ ਹੁਕਮੀ ਹੋ ਤੁਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮ ਇਸ ਦਾ ਭੁਆਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜਗ ਜਾ ਤਾ ਮੈਂ ਕਹਿ ਨਾ ਕੋਈ ਗਾਵੇ ਕੋ ਦਾਣ ਹੋ ਗਿਆ ਕਿ ਸਤਾਂ ਗਾਵੇ ਦਾ ਜਾਣੇ ਨਹੀਂ ਸਾਣ ਗਾਵੇ ਕੋ ਗੁਣ ਵੜਿਆ ਜਾਂ ਚਾਰ ਗਾਵੇ ਕੋ ਵਿਦਿਆ ਵਿਖਮ ਵੀ ਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੁਰਗਾ ਕੋ ਵੇਖਿਆ ਹਾਦਰ ਹਦੂਰ ਕਾਥਨਾ ਕਦੀ ਨਾ ਆਏ ਤੋਟ ਕਦ ਕਦ ਕਦੀ ਕੋਟੀ ਕੋਟ ਕੋਟ ਦਿੰਦਾ ਦੇ ਲਿੰਦੇ ਸੁਖ ਪਾਹੇ ਜੁਗਾ ਜੁਨ ਤਰਖਾਹੀ ਖਾਹੇ ਹੁਕਮੀ ਹੁਕਮ ਚਲਾਈ ਰਾਹੋ ਨਾਨਕ ਵਿਕਸੈ ਵੇਪਰ ਵਾਹੋ ਸਾਚਾ ਸਾਹਿਬ ਸਾਚਨੇ ਪਾਖਿਆ ਪਾਹੋ ਪਾਰਾ ਖਹਿ ਮੰਗਹਿ ਦੇਹ ਦੇਹ ਦਾਤ ਕਰੇ ਦਾ ਤਾਰ ਫੇਰ ਕੇ ਅਗਰ ਰੱਖਿਆ ਜਿਦ ਸਾਦਰ ਬਾਰ ਮੁਹਾਵ ਕੇ ਵਰਣ ਬੋਲੀਆ ਜੇ ਸੁਣ ਤੇ ਪਰਮਤ ਦੇ ਵਿਲਾ ਸੱਚਨਾ ਬੜਾਈ ਵਿਚਾਰ ਕਰਮੀ ਆਵੇ ਕਪੜਾ ਦਰੀ ਮੁਖ ਦੁਆਰ ਨਾਨਕ ਕੇ ਵੈ ਜਾਣੀ ਹੈ ਸਭ ਆਪੇ ਸਚਾਰ ਥਾ ਪਿਆਰ ਜਾਈ ਕੀਤਾ ਨਾ ਹੋਇਆ ਪਿਆਰ ਨਰਿਆ ਸੋਈ ਜਿਨ ਸਵੇਤ ਨੇ ਪਾਏ ਮਾਨ ਨਾਨਕ ਗਾਵੇ ਗੁਣ ਦਾਨ ਗਾਵਿਆ ਸੁਣੇ ਮਰ ਖਿਆ ਪਾਓ ਦੁਖ ਭਰਾ ਸੁ ਕਰ ਲੈ ਜਾਈ ਗੁਰਮੁਖ ਨਾ ਦੋ ਗੁਰਮੁਖ ਵੇਦੋਂ ਗੁਰਮੁਖ ਰਿਆ ਸਵਾਈ ਗੁਰੀ ਸ੍ਰੀ ਗੁਰੂ ਗੋਰਖ ਪਰਮਾ ਗੁਰ ਪਾਰੁ ਨਾ ਇਹੋ ਜਾਣਾ ਅੱਖਾਂ ਨਹੀਂ ਕਹਿਣਾ ਕਰਨ ਜਾਈ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਾਂ ਜਾਈ ਤੀਰਥ ਨਾਵਾਂ ਜੇ ਤੁਸੀਂ ਭਾਵੇਂ ਭਾਣੇ ਕਿ ਨਾਈ ਕਰੀ ਜੇ ਤੀਸੇ ਰੁਪਾਈ ਵੇਖਾਂ ਮਣ ਕਰਮਾ ਮੇਲਾ ਲਈ ਮੱਤੇ ਚੜਤਨ ਜਵਾਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦੇਵ ਜਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਾਂ ਜਾਈ ਜੁਚਾਰ ਯਾਰ ਜਹੋਰ ਦਾ ਸੁਣੇ ਹੋਏ ਨਵਾਂ ਖੰਡਾ ਜਾਣੇ ਨਾਲ ਚਲੇ ਸਭ ਕੋ ਚੰਗਾ ਨਰ ਖਾ ਕੇ ਜਸ ਕੀਰ ਜਗਲੇ ਜੇ ਤਿਸ ਨਰ ਨਾ ਵਿਦਵਾਤ ਨੂੰ ਪੁੱਛਿਆ ਗਿਆ ਕਿ ਤਾਂ ਅੰਦਰ ਕੀਰ ਕਰ ਦੋ ਸੀ ਦੋ ਸ੍ਰੀ ਨਾਨਕ ਨਿਰਗੁਣ ਗੁਣ ਕਰੇ ਗੁਣ ਦੇ ਗੁਣ ਦੇ ਤਿਆ ਕੋਈ ਨਾ ਸੁਜੇ ਜਿਸ ਗੁਣ ਕੋ ਕਰੇ ਸੁਣਿਆ ਸਿੱਧ ਸੁਰ ਨਾ ਸੁਣਿਆ ਤਰਤਾ ਵਲਕਾਸ
ਸੁਣਿਆ ਦੀਪ ਲਵਦਾਲ ਸੁਣਿਆ ਪੂਰਨ ਸਿੰਘ ਗੱਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਹਿੰਦਾ ਸੁਣਿਆ ਇਸਰ ਪਰ ਸੁਣਿਆ ਮੁਕਸਾਲਾਨ ਮੰਤ ਸੁਣਿਆ ਜੋ ਜੁਗਤਨ ਵੇ ਸੁਣਿਆ ਸਾਸ ਮਿਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਹਿੰਦਾ ਸੁਣਿਆ ਸਸ ਦੋ ਗਿਆਨ ਸੁਣਿਆ ਅੱਠ ਸੱਠ ਗੱਜ ਨਾਲ ਸੁਣਿਆ ਪੜ ਪੜਵਾਨ ਸੁਣ ਲੱਗ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਹਿੰਦਾ ਆਸ ਸੁਣਿਆ ਸਰਗੁਣਾ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਨ ਦੇ ਪਾਵੇ ਰਹੋ ਸੁਣਿਆ ਹੱਥ ਵਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਭਾਵ ਕਹਿੰਦਾ ਸੰਬੰਧੀ ਕੀ ਗੱਲ ਕਹਿੰਦੇ ਜੈ ਜੋ ਕਹਿ ਪਿੱਛੇ ਪਛਤਾਏ ਕਾਗਦ ਕਮਲ ਲਿਖਣ ਵਾਲ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦਰਜਣ ਜੇ ਕੋ ਮਨ ਜਾਣ ਹੈ ਮਨ ਕੋਈ ਮੰਨੇ ਸੁਰਤ ਮਨ ਬੁੱਧ ਮੰਨੇ ਸਗਲ ਭਣਕੇ ਸੁਧ ਮੰਨੇ ਮਹ ਛੋਟਾ ਨਾ ਖਾਏ ਮਨ ਚਮਕੇ ਸਾਥ ਨਾ ਜਾਏ ਐਸਾ ਨਾਮ ਦਰਜਣ ਜੇ ਕੋ ਮਨ ਜਾਣ ਮਨ ਕੋਈ ਮੰਨੇ ਮਾਰ ਠਾਕ ਨਾ ਪਏ ਮੰਨੇ ਪਸੰਦ ਫਿਰ ਜਾਏ ਮੰਨੇ ਮਗਲ ਚੱਲੇ ਪੰਥ ਮੰਨੇ ਧਰਮ ਸਥਿਤੀ ਸੰਬੰਧ ਐਸਾ ਨਾਮ ਦਰਜਣ ਜੇ ਕੋ ਮਨ ਜਾਣ ਮਨ ਕੋਈ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਿਵਾਰ ਸਾਰ ਮੰਨੇ ਤਰੇ ਤਾਰੇ ਗੁਰਸਿੱਖ ਮੰਨੇ ਨਾਨਕ ਮੰਨੇ ਭਿਖੇ ਐਸਾ ਨਾਮ ਦਰਜਣ ਜੇ ਕੋ ਮਨ ਜਾਣ ਮਨ ਕੋਈ ਪੰਜ ਪ੍ਰਮਾਣ ਪੰਜ ਪ੍ਰਦਾਨ ਪੰਜੇ ਪਾਵ ਹੈ ਦਰਗਹਿ ਮਨ ਪੰਜੇ ਸੋਹ ਹੈ ਦਾਰੇ ਪੰਜਾ ਗਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰ ਪ੍ਰਗਣ ਨੇ ਸ਼ਮਰ ਧੌਲ ਧਰਮ ਦਾ ਜਗਾ ਬੁਸੰਦੋ ਥਾ ਪ੍ਰਖਿਆ ਜਨ ਸੂਜੇ ਕੋ ਬੁਝਾ ਸਿਆ ਤਬਲ ਪ੍ਰਕੀਤਾ ਭਾਰ ਭਾਰਤੀ ਹੋਰ ਪਰੇ ਹੋਰ ਤਿਸੇ ਭਾਰਤ ਲੈ ਕਮਜੋਰ ਜੀ ਜਾਤਨ ਗੰਗ ਨਾਮ ਸੋਨਾ ਲਿਖਿਆ ਬੜੀ ਕਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਾ ਕੀਤਾ ਕੀਤਾ ਤਾਂ ਸਵਾਲੇ ਰੂਪ ਕੇ ਦਿੱਤਾ ਜਾਣੇ ਕੌਣ ਕੋਈ ਕੀਤਾ ਸਾਜ ਕੋ ਕਵਤੇ ਸੇਵ ਲਗਦਰੀ ਆਓ ਕੁਦਰਤ ਕਮਣ ਕਾ ਵਿਚਾਰ ਵਾਰਾਂ ਜਾਣੇ ਇੱਕ ਵਾਰ ਜੋ ਤੁਧ ਪਾਇਸਾ ਜੀ ਬਿਲਕਾਰ ਤੁਮ ਉਸਦਾ ਸਲਾਮਤ ਨਿਰੰਕਾਰ ਸੰਗ ਜਬ ਸੰਗ ਤਾਓ ਸੰਗ ਪੂਜਾ ਸੰਗ ਤਾਓ ਅਸੰਗ ਗ੍ਰੰਥ ਮੁਖ ਵੇਦ ਪਰ ਸੰਗ ਜੋਗ ਮੰਨ ਰਹੇ ਹੈ ਉਦਾਸ ਸੰਗ ਪਤੂਨ ਗਿਆਨ ਵਿਚਾਰ ਸੰਗ ਸਤੀ ਸੰਗ ਤਾਰ ਅਸੰਗ ਸੂਰ ਮੁਪਕ ਸਰ ਸੰਗ ਮੋਲੀ ਵਿਲਾਇਤਾਰ ਕੁਦਰਤ ਕਮਣ ਕਾ ਵਿਚਾਰ ਵਾਰਾਂ ਜਾਣੇ ਇੱਕ ਵਾਰ ਜੋ ਤੁਧ ਪਾਇਸਾ ਜੀ ਬਿਲਕਾਰ ਤੁਮ ਉਸਦਾ ਸਲਾਮਤ ਨਿਰੰਕਾਰ ਅਸੰਗ ਮੂਰਖੰਦ ਕੋ ਰਸੰਗ ਚੋਰ ਹਰਾਮ ਕੋ ਸੰਗ ਮਰ ਕਰ ਜਾਹੇ ਜੋੜ ਅਸੰਖ ਗਾਲ ਵੜ ਅਤਿਆ ਕਮਾਈ ਸੰਗ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਬਰਾ ਸੰਗ ਬਲੇ ਮਲ ਬਖਾਇ ਸੰਗ ਨਿੰਦ ਕਸਰ ਕਰੇ ਭਾਰ ਨਾਨਕ ਨਿਸ਼ ਕਹੇ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਪਾਇਸਾ ਜੀ ਬਿਲਕਾਰ ਤੁਮ ਉਸਦਾ ਸਲਾਮਤ ਨਿਰੰਕਾਰ ਸੰਗ ਨਾਮ ਸੰਗਤਾਂ ਅਗਮ ਅਗਮ ਸੰਗ ਲੋ ਸੰਗ ਕਹੇ ਸਿਰ ਭਾਰ ਹੋਏ ਅਗਰੀ ਨਾਮ ਗਰੀ ਜਵਾ ਗਰੀ ਗਿਆਨ ਗੀਤ ਗੁਣ ਗਾ ਅਗਰੀ ਲਿਖਣ ਬੋਲਣ ਮਨ ਖਰੇ ਸਿਰ ਸੰਜੋਗ ਗਣ ਜਨ ਲਿਖੇ ਸਰ ਨਾਮ ਜੇ ਪਰਮਾਤਮਾ ਦੇ ਪਾਜੇ ਦਾ ਗੀਤਾ ਤੇ ਤਾ ਨਾਮ ਵੇਣ ਨਾਮ ਨਾਈ ਕੋ ਥਾਂ ਕੁਦਰਤ ਕਮਣ ਕਾ ਵਿਚਾਰ ਵਾਰਿਆਂ ਜਾਵਾਂ ਇੱਕ ਵਾਰ ਜੋ ਤੁਧ ਪਾਇਸਾ ਜੀ ਬਿਲਕਾਰ ਤੁਮ ਉਸਦਾ ਸਲਾਮਤ ਨਿਰੰਕਾਰ ਭਰੀ ਹੱਥ ਪੈਰ ਤਾਂ ਦੇਹ ਪਾਣੀ ਤੋਂ ਤਰਸੋ ਖੇਹ ਮੁੱਤ ਪਲੀਤੀ ਕੱਪੜੇ ਦੇ ਸਭੂਣ ਲਿਆ ਤੋ ਇਹ ਪਰਿਆ ਮਤ ਪਾਪਾਂ ਸੰਗ ਤੋਂ ਪੈਣਾ ਵੈਗਣ ਪੁਨੀ ਪਾਪੀ ਆਕਣ ਨਾਹੀਂ ਕਰਕੇ ਕਰਨ ਲਿਖ ਲੈ ਜਾਹੋ ਆਪੇ ਵੀ ਜਾਪੇ ਖਾਹੋ ਨਾਨਕ ਹੁਕਮੀ ਆਵਹੋ ਜਾਹੋ ਤੀਰ ਤਦ ਜਦ ਦਾਨ ਜੇ ਕੋ ਬਦਲ ਕਮਨ ਸੁਣਿਆ ਮਨੇ ਮਨ ਕੀਤਾ ਭਾਹੋ ਅੰਤਰ ਗਾਤ ਤੀਰਥ ਮਲ ਨਾਹੋ ਸਭੂਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੀ ਵਰਤਨ ਹੋਏ ਸਵਾਸ ਸਾਧ ਬਾਣੀ ਪਰਮਾਤਮਾ ਸਤ ਸਵਾਰ ਦਾ ਮਨ ਚਾਉ ਕਣ ਸੇ ਲਵਤ ਕਮਣ ਕਮਣ ਸਿਤ ਕਮਣ ਵਾਰ ਕਮਣ ਸੇ ਰੁੱਤੀ ਮਾਹੋ ਕਮਣ ਜੇ ਤੋਹਾ ਘਰ ਵੇਲਾ ਪਾਈਏ ਪੰਤੀ ਹੋ ਲੇਖ ਪ੍ਰਾਣ ਤਨ ਪਾਇਓ ਕਾਦੀਆਂ ਜੇ ਲਿਖਣ ਲੇਖਣ ਸਿਤ ਵਾਰ ਨਾ ਜੋ ਗਿਆਨ ਰੁਤਮਾਨ ਹੋ ਗਈ ਜਾ ਕਰਤਾ ਕਿਉਂ ਵਰਣੀ ਕਿ ਜਾਣਾ ਨਾਨਕ ਆਖਣ ਸਾਹਿਬ ਕੁਆਖਿਆ ਇੱਕ ਤੂੰ ਇੱਕ ਸਿਆਣਾ ਵੱਡਾ ਸਾਹ ਵੱਡੀ ਨਾਲ ਕੀਤਾ ਜਾ ਕਹੋ ਨਾਨਕ ਜੇ ਕੁਆ ਪਾਓ ਜਾਣੇ ਅੱਗਾ ਗਿਆ ਨਾ ਸਿਰ ਪਤਾ ਪਤਾ ਲੱਖ ਅਗਾ ਸੰਗਾ ਸੋਟ ਕੋਟ ਪਾਲ ਤੇ ਵੇਦ ਕਹਿੰਦੀ ਕੁਆਤ ਅਠਾਰਾਂ ਕਹਿਣ ਦੇਵਾ ਅਸੂਲ ਇੱਕ ਧਾਤ ਲੇਖਾਂ ਦਾ ਲਿਖੇ ਲਗਾਉਣਾ ਸਾਨੂੰ ਕੋਈ ਡਾਕੀ ਆਪ ਜਾਣੇ ਸਾਲ ਆਹੀ ਤੀਸਰ ਤਨਾ ਪਾਈਆਂ ਨਦੀਆਂ ਤੇ ਵਾਹ ਭਵੈ ਸਮੁੰਦਰ ਨਾ ਜਾਣੀਏ ਸਮੁੰਦਰ ਸੁਲਤਾਨ ਗ੍ਰਹਿ ਸਿਤੀ ਮਾਲਤਾਨ ਕੀੜੀ ਤੁਲਨਾ ਬਣੀ ਜੇ ਤਸਾ ਮਨਾ ਵਿਸਰੇ ਅੰਤਨਾ ਸਿਫਤੀ ਕਹਿਣਾ ਤੰਤਨਾ ਕਰਨੇ ਦੇਣਾ ਤੰਤਨਾ ਦੇਖਣ ਸੁਣਨਾ ਤੰਤਨ ਜਾਪੇ ਕਿਆ ਮਨਮੰਤ ਆਂਦਨ ਜਾਪੇ ਕੀਤਾ ਕਰਨ ਜਾਪਾ ਵਾਰ ਵਾਰ ਕਰਨ ਕੇ ਤੇਵਲ ਆਈ ਦਾ ਕੇ ਅੰਤਨਾ ਪਾਏ ਜਾਏ ਉਹਨਾਂ ਜਾਣ ਕੋਈ ਪਤਾ ਕੀ ਪਤਾ ਹੋਏ ਵੱਡਾ ਸਭ ਚਾਹਦਾ ਹੋ ਜੇ ਗੁਰੂ ਚਾਹਨ ਇਹ ਵੱਡਾ ਉਚਾ ਹੋਇਆ ਕੋਈ ਤੀਸੂ ਚ ਕੋ ਜਾਣ ਸੋ ਜਿਹੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਵਾਤਾ ਕਰਨ ਲਿਖਿਆ ਜਾ ਤੇਲਾ ਤਵਾਈ ਕਿਤੇ ਮੰਗਿਆ ਜੋ ਦਵਾਰ ਕੇ ਗਣਤ ਨਹੀਂ ਵਿਚਾਰ ਕੇ ਦੇਖ ਆਪ ਟੁੱਟਿਆ ਕਰਕੇ ਲੈ ਲੈ ਮੁਕਰ ਪਾਏ ਕੇ ਮੁਰ ਖਾਈ ਕੇ ਦੁੱਖ ਭੁੱਖ ਸਦ ਮਾਰ ਇਹ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਰਗਨ ਸਕ ਕੋਈ ਜੇ ਕੋ ਖਾਏ ਗਗਨ ਵਾਏ ਜਾਣੇ ਜੇਤੀਆਂ ਮੋਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਕਹੀ ਕੇ ਜਿਸਨ ਬਖਸ਼ੇ ਸੇ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਹੋ ਮੁੱਲ ਗੁਣ ਮੁੱਲ ਵਪਾਰ ਮੁੱਲ ਪਾਰੀ ਮੁੱਲ ਭੰਡਾਰ ਮੁੱਲ ਅਮਲ ਜੈ ਮੁੱਲ ਪਾਏ ਮੁੱਲ ਅਸਮਾਈ ਮੁੱਲ ਧਰਮ ਦੀਵਾਨ ਮੁੱਲ ਤਲਮ ਪ੍ਰਮਾਣ ਮੁੱਲ ਬਖਸ਼ੀਸ਼ ਮੁੱਲ ਦਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲ ਮੁੱਲ ਆਖਿਆ ਜਾਏ ਆਖਾ ਕਰੇ ਹਿਲ ਆਖਿਆ ਹੈ ਵੇਦ ਪਾਠ ਪੁਰਾਣਾ ਖੇ ਪੜ ਕੇ ਰੋਗਾਣ ਕਬਰ ਮੇ ਆਖੇ ਦਾ ਗੋਪੀ ਦਾ ਗੋਵਿੰਦ ਆਖਾ ਇਸ ਰਾਖੇ ਸਦਾ ਆਖੇ ਕਿਤੇ ਕਿਤੇ ਬੁੱਧ ਆਖੇ ਦਨ ਵਾਖੇ ਦੇ ਆਖੇ ਸੁਰ ਮੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹੇ ਗੁਰੂ ਜਾਏ ਇਹ ਤੇ ਕਿਤੇ ਹੋਰ ਕਿਰਤਾ ਗਨਸ ਕੇ ਕਹੀਏ ਜਿਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋ ਜੇ ਕੋ ਆਖੇ ਬੋਲ ਬਗਾਰ ਤਾਂ ਲਿਖੇ ਸਰਗਾ ਬਾਰਾਂ ਗਾ ਸਰ ਕੇ ਸੋ ਕਰਕੇ ਜਿਤ ਬਸਰ ਸਮਾਲੀ ਵਾਜ ਨਾਲ ਲਿਖਣ ਕਿਤੇ ਬਮਣ ਹਾਰੇ ਕਿਤੇ ਰਾਗ ਰਿਸੂ ਕਨ ਕਿਤੇ ਗਮਣ ਹਾਰੇ ਗਾਵੇ ਤੈਨੂੰ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਤਰਨ ਦੁਆਰੇ ਗਾਵੇ ਚਿਤ ਗੋਬਿੰਦ ਲਿਖ ਜਾਣੇ ਬਿਲਕੁਲ ਧਰਮਚਾਰੀ ਗਾਵੇ ਸਿਰ ਪਰਮਾ ਦੇ ਸੰਸਲਾ ਸਵਾਰੀ ਗਾਵੇ ਦਸ ਬੈਠ ਦੇਵ ਤੰਤਰ ਵਾਲੇ ਗਾਵੇ ਸਿੱਤ ਸਮਾ ਦਿਨ ਗਮ ਸਾਧ ਵਿਚਾਰੇ ਗਾਵਨ ਚ ਤੀਸ ਦਿਨ ਤੋਂ ਕੀ ਗਾਵੇ ਵੀਰ ਕਰੇ ਗਾਵਨ ਪੰਡਤ ਪਰੰਤ ਕਿਸਰ ਜੁਗ ਜੁਗ ਨਾਲੇ ਗਾਵੇ ਹੋਣੀਆਂ ਮਨ ਮਨ ਸੁਰਗਾ ਮਚ ਪਾਲੇ ਗਾਵਨ ਤਨ ਪਾਈ ਤੇਰੇ ਅੱਠ ਸਰਤੀ ਸਨ ਵਾਲੀ ਗਾਵੇ ਜਦੋਂ ਮਸੁਰਾ ਗਾਵੇ ਖਣ ਚਾਰੇ ਗਾਵੇ ਖੰਡ ਬੰਡਲ ਹੋਰ ਵੰਡਾ ਕਰ ਕਰਕੇ ਤਾਰੇ ਸਹੀ ਤਦੋਂ ਗਾਵੇ ਜੋ ਦੁਆਰ ਤੇ ਤੇਰੇ ਭਗਤ ਵਾਲੇ ਹੋਰ ਕਿਤੇ ਗਾਵਨ ਸੇ ਮੈਂ ਚਿਤਨਾ ਬਣਾਉਣ ਕਿਆ ਵੀ ਚਾਰੇ ਸੋਈ ਸੋਈ ਦਾ ਸੱਚ ਸਾਹਿਬ ਸੱਚਾ ਸੱਚ ਨਹੀਂ ਹੈ ਵੀ ਉਸ ਜਾਂ ਸਿਰ ਤੇ ਜਾਂ ਰੰਗ ਰੰਗੀ ਭਾਂਤੀ ਕਰ ਕਰ ਜਿਸ ਮਾਜਨ ਪਾਈ
ਘਰ ਘਰ ਵੇਖਿਆ ਕੀਤਾ ਬਣਾ ਜੇ ਤੁਸੀਂ ਬੜਾ ਜਿਸ ਪਾਸੇ ਕਰ ਸੀ ਨਿਕਲਣਾ ਚਾਹੀਦਾ ਸੁਭਾ ਸਾਹਿਬ ਸਾਹਿਬ ਪਾਤ ਸਾਹਿਬ ਨਾਨਕ ਰਹਿਣ ਸਾਹਿਬ ਦਾ ਸਲੋਕ ਸਾਰ ਮੈਂ ਪੱਤ ਝੋਲੀ ਜਾਣ ਕੇ ਕਰੇ ਵੀ ਬਹੁਤ ਕਿੰਤਾ ਗੱਲ ਕੁਆਰੀ ਕਹਿਣ ਜੁਗਤ ਜੁਗਤ ਡੰਡਾ ਪ੍ਰਤੀ ਰਾਜ ਬੰਦੇ ਜਲ ਜਮਤੀ ਮਾਂਜੀ ਤੈ ਜਗ ਜੀ ਦਾ ਸਾਰੇ ਸਾਧ ਨੀਲ ਨਾਥ ਨਾਥ ਜੁਗ ਜੁਗ ਇੱਕ ਵੇਸ ਭੁਗਤ ਗਿਆਂਦੇ ਭੰਡਾਰਨ ਕਰਕੇ ਦਵਾ ਜਨਾਦ ਆਪ ਨਾਥ ਨਾਥੀ ਸਭ ਜਾਂਕੀ ਰਿੱਧ ਸਦਵਰਾ ਸਾਧ ਸੰਜੋਗ ਜੋਗ ਦੇ ਕਰ ਚਲਾਵੇ ਲਿਖਿਆ ਭਾਗਾ ਦੇ ਸੁਖ ਸਾਧ ਸਾਧ ਨੀਲ ਨਾਥ ਨਾਥ ਜੁਗ ਜੁਗ ਇੱਕ ਵੇਸ ਇੱਕ ਆ ਮਜਬੂਤ ਵਿੱਚ ਤਿੰਨ ਚੱਲੇ ਪ੍ਰਾਣੀ ਸੰਸਾਰੀ ਕੁੰਡਾਰੀ ਕਲਾਈ ਬਾਣ ਜੀ ਦੇ ਸਵਾਦ ਵਿੱਚ ਚਲਾਵੇ ਜੋ ਪ੍ਰਾਣ ਵੇਖਿਆ ਨਜ਼ਰ ਨੇ ਬਹੁਤ ਉਡਾਣਾ ਦੇ ਸੁਖ ਸਾਧ ਦੇਸ ਆਦ ਨੀਲ ਨਾਥ ਨਾਥ ਜੋਗ ਜੋ ਇੱਕ ਵੇਸ ਆਸਣ ਲੋਏ ਲੋਏ ਭੰਡਾਰ ਜੋਗ ਚ ਭਜ ਇੱਕ ਵਾਰ ਕਰਕੇ ਵੇਖੇ ਸਚਨਾਰ ਨਾਨਕ ਸੱਚੇ ਕੀ ਸਾਜੀ ਕਰਾ ਦੇ ਸੁਖ ਸਾਧ ਦੇ ਸਾਧ ਨੀਲ ਨਾਥ ਨਾਥ ਜੋਗ ਜੋ ਇੱਕ ਵੇਸ ਇੱਕ ਦੂਜੀ ਵਾ ਲੱਖੋਏ ਲੱਖਵੇਂ ਲੱਖ ਵੀਸ ਲੱਖ ਲੱਗੇੜਾ ਖੇਰਾ ਇੱਕ ਨਾਮ ਜਗਦੀ ਸੇ ਤਰਾਹੀ ਪਰ ਕੁੜੀਆਂ ਚੜੀ ਹੋਏ ਕੀ ਸੁਣ ਗੱਲਾਂ ਗੱਲ ਕੀ ਕਿਟਾਂ ਆਈ ਰੀਸ ਨਾਨਕ ਸੰਦਰੀ ਪਾਜਾ ਕੂੜੀ ਕੂੜਾ ਏਠੀ ਸਾਕਣ ਜੋਰ ਚ ਪੈਣਾ ਜੋ ਜੋਰ ਨਾ ਮੰਗਣ ਦੇਣਾ ਜੋ ਜੋਰ ਨਾ ਜੀਵਨ ਮਰਨੇ ਜੋਰ ਜੋ ਨਾ ਰਾਜ ਮਲਮਾ ਸੋਰ ਜੋਰ ਨਾ ਸੁਰਤੀ ਜਾਨ ਵੀ ਚਾਰ ਜੋਰ ਨਾ ਜੁਗਦੀ ਛੁਟਾਂ ਸਵਾਰ ਜੇ ਸਾਹ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤ ਰੁਤੀ ਥਿਤੀ ਵਾਰ ਪਵਣ ਪੰਗੀ ਨੀ ਬਦਲਤੀ ਸੀ ਸਰਧਾ ਪ੍ਰਖਿਤਨ ਸਾਲ ਤੇ ਜੀਵਤ ਗ੍ਰੰਥਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾਪ ਚਦਰਵਾਰ ਦਸਵਨ ਪੰਜ ਪ੍ਰਮਾਣ ਨਦਰੀ ਕਨ ਪਵਨ ਸਨ ਕੱਚ ਪਕਾਇਓ ਦਾ ਪਾਈ ਨਾਨ ਗਏ ਜਾ ਪਜਾਈ ਧਾਰਮ ਖੰਡ ਕਾ ਤੁਨ ਕਨ ਗਿਆਨ ਖੰਡ ਕਾ ਕੋ ਕਰਮ ਕੇ ਤੇ ਪਵਨ ਪਾਣ ਸੰਤਰ ਦੇ ਕਾਨ ਮੇਸ ਕੇ ਤੇ ਕਰਮੀ ਕਾਟ ਕਰਿਆ ਰੂਪ ਰੰਗੇ ਵਿਸ ਕੇਤੀਆਂ ਕਰਨ ਭੂਮੀ ਮੇਰ ਕੇ ਤੇ ਕਿਤੇ ਉਪਦੇਸ਼ ਕੇ ਤੇ ਚੰਦ ਸੂਰ ਕੇ ਤੇ ਕਿਤੇ ਮੰਡਲ ਦੇਸ ਕੇ ਸਿੱਧ ਬੁੱਧ ਨਾਥ ਕੇ ਤੇ ਕਿਤੇ ਦੇ ਵਿਸ ਕੇ ਦੇਵਦਾਨ ਮੁਮਨ ਕੇ ਤੇ ਕਿਤੇ ਰਤਨ ਸੁਮੰਦ ਕੇਤੀਆਂ ਗਣ ਕੇਤੀਆਂ ਬਾਣੀ ਕੇਤੇ ਪਾਤ ਨਿਰੰਦ ਕੇਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤਰੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਦਿੱਤਾ ਨਾਥ ਬਨੋਦ ਕੋੜ ਅਨੰਦ ਸਰਵ ਗਣ ਕੀ ਬਾਣੀ ਰੂਪ ਤਾ ਘਾਟ ਕੜੀਆ ਬਾਤ ਨੂੰ ਤਾਂ ਕਿਆਂ ਗਲਖ ਥਿਆ ਜਾਹੇ ਜੇ ਕੋ ਕਹਿ ਪਿਛੈ ਪਛਤਾਈ ਤਾ ਕੜੀਆ ਸੁਰਤ ਮਤ ਮਨ ਬੁੱਧ ਤਾ ਕੜੀਆ ਸੁਰੰਸ ਨਾ ਕਿਸੁਦ ਕਰਮ ਗਣ ਕੀ ਬਾਣੀ ਜੋੜ ਤੇ ਤਰ ਨਾ ਕੋਈ ਹੋਰ ਸਹਿਜ ਮਾਵੇ ਸੁਰਤ ਮਹਿਰਾਮ ਰਹੀ ਆਪਰ ਪੂਰ ਤੇ ਦਸੀ ਤੋ ਸੀ ਤਾਂ ਮਮਾ ਹੈ ਤਾਂ ਕਿ ਰੂਪਨਕ ਤਨੇ ਜਾਹੇ ਨਾ ਹੋਏ ਮਨ ਠਾਗੇ ਜਾਹੇ ਜਿਨ ਕੈ ਨਾਮ ਸਮਨ ਮਾ ਹੈ ਤਸਬ ਤੁ ਸਹਿ ਕੇ ਲੋ ਕਰਹਿ ਅਨ ਸਮਨ ਸੋਏ ਸਾਚਖੰਡ ਸੰਦਨ ਕਰ 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 ਵੇਖੇ ਨਰ ਨਿਹਾਲ ਤੇ ਖੰਡ ਮੰਡਲ ਔਰ ਪੰਜੇ ਕੋ ਕਥਾ ਤੰਤ ਨਾਥ ਤੇ ਦਾ ਲੋ ਲਵਾ ਕਾਰ ਜੀ ਜਗੁੰਦ ਅਤਿ ਵਿਕਾਰ ਵੇਖਿਆ ਵਿਸਕਰ ਵਿਚਾਰ ਨਾਨਕ ਤਨ ਕਰੜਾ ਸਰ ਜਤ ਪਾ ਹਾਰਾ ਧੀਰ ਸੁਨੇ ਰਹਿਣ ਮਤ ਵੇਦਾ ਧੀਰ ਪਾਉ ਖਲਗ ਬਤਾਉ ਭਾਂਡਾ ਪਾਉ ਅੰਮ੍ਰਿਤ ਤੇ ਢਾਲ ਘੜੀਆ ਸ਼ਬਦ ਸੱਚੀ ਟਿਕ ਸਾਲ ਜਨ ਕੋ ਨਾਦਰ ਕਰਮ ਤਨਕਾਰ ਨਾਨਕ ਨਦਰ ਨਦਰ ਹੈ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਦੇਵ ਸਰਾਦ ਹੋਇਦਾ ਇਹਦਾ ਖਲ ਸਲ ਜਗਤ ਚੰਗਾਈਆਂ ਬਰੀਆਂ ਵਾਚਾ ਤਰਮ ਦੂਰ ਕਰਮੀ ਆਪ ਆਪਣੀ ਕਿਰਿਆ ਦੂਰ ਜੀ ਨਾਮ ਤੇ ਆ ਗਏ ਸਤਿ ਕਾਲ ਨਾਨਕ ਤੇ ਉਜਲੇ ਕੇਤੀ ਛੁਟੀ ਨਾਲ ਰਾਮ ਕਲੀ ਮਲਾਤੀ ਜਾਂਦੀ ਕੋ ਗਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਸ ਕਰਤਾ ਪਾਇਆ ਸਹਿ ਸਿੱਧੀ ਮਨ ਵਜਾਂ ਵਧਾਈਆਂ ਰਾਗਰਦਨ ਪਰਵਾਰ ਪੁਨੇ ਸ਼ਬਦ ਗਾਵਣੇ ਆਈਆਂ ਸ਼ਬਦ ਹੋ ਤੰਗਾ ਹੋਰੀ ਕਿਰਾ ਮਨ ਜਿਨੀ ਵਸਾਇ ਕਹਿ ਨਾਨਕ ਅਨੰਦ ਹੋਇਆ ਸਤਿਗੁਰੂ ਮੈਂ ਪਾਏ ਮਨ ਮੇਰੇ ਤੁਮ ਸਾਰਾ ਨਾਲ ਯਾਰ ਨਾਲ ਹੋ ਤੁਮ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਲ ਗੱਲਾਂ ਸਮਰਾ ਸਮਝੋ ਕਿ ਮਨ ਸਾਰੇ ਕਹਿ ਨਾਨਕ ਮਨ ਮੇਰੇ ਸਦਾਰ ਵਾਰ ਨਾਲੇ ਸਾਚੇ ਸਾਹਿਬ ਆ ਗਿਆ ਨਹੀਂ ਕਰ ਤੇਰਾ ਕਰਦਾ ਤੇਰਾ ਸਭ ਜਿਸ ਦੇ ਸਭ ਸਾਹਿਬ ਸਭ ਸਲਾਹ ਤੇਰੀ ਨਾਮ ਅਨੁਸਾਵੇ ਨਾਮ ਜੀ ਨੇ ਕਾਮਨ ਵਸਿਆ ਅੱਜ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਧਾਰਨ ਕਰੇ ਭੁੱਖਾਂ ਸਭ ਕੁਆਂ ਕਰ ਸ਼ਾਂ ਸੁਖਮਨ ਆਏ ਸਜਨ ਛਾਂ ਸਭ ਪੁਜਾਈਆਂ ਸਦਾ ਗੁਰੂ ਗਾਣ ਕੀਤਾ ਗੁਰੂ ਵਿਟੋਂ ਚ ਦੇਵੜਿਆਂ ਕਹਿ ਨਾਨਕ ਸੁਣੋ ਸੰਤੋਸ਼ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਅੱਜ ਪੰਜ ਸਤ ਕਰ ਸਭਾਗਿਆ ਸ਼ਬਦ ਅੱਜ ਕਰ ਜਿਤ ਕਰ ਧਾਰੀਆ ਪੰਜ ਦੋ ਤੋਂ ਦਸ ਦੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਦੂਜਨ ਕੋਸ ਨਾਮ ਕਹਿ ਲਾਗੇ ਕਹਿ ਨਾਨਕ ਸੁਖ ਵਾਤੇ ਤੇ ਕਨ ਦਵਾਜੇ ਨਾ ਸੁਣੋੜ ਭਾਗੀ ਹੋ ਸਕਲ ਮਨੋਰ ਪੂਰੇ ਪਾਰ ਬ੍ਰਹਮ ਪ੍ਰਭਾਤਰ ਸਗਲ ਸੂਰੇ ਦੂਖ ਰੋਸ ਨੂੰ ਤਾਪਦਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਦੇ ਪੁਨੀਤ ਕਹਿ ਤੇ ਪਵਿੱਤ ਸਾਧਗੁਰ ਰਹਿਆ ਪਰ ਪੂਰੇ ਬਿਰਮੰਤ ਨਾਨ ਗੁਰ ਚਰਨ ਲਾਗੇ ਵਾਜੇ ਨਾ ਤੂਰੇ ਸੁਣਦੇ ਪੁਨੀਤ ਕਹਿ ਤੇ ਪਵਿੱਤ ਸਾਧਗੁਰ ਰਹਿਆ ਪਰ ਪੂਰੇ ਬਿਰਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਆਨੰਦ ਤੂਰ ਪ੍ਰੇਮ ਪਟੋਲਾ ਤੈ ਸੋ ਦੀਤਾ ਟਕਣ ਤੂੰ ਕਤ ਮੇਰੀ ਵਾਰਿਆ ਦਾਨਾ ਬੀਨਾ ਸਾਈ ਮੈਂ ਨਾਨਕ ਸਾਰ ਨ ਜਾਣਾ ਤੇਰੀ ਵਾਹਿਗੁਰੂ ਤੂੰ ਠਾਕੇ ਤੁਮ ਪੈਰ ਦਾਸ ਜੀਓ ਪਿੰਡ ਦਾਰੇ ਆਲਿਓ ਤੋੜਾ ਕੀ ਰਾਸ ਤੁਮੇ ਜਾ
ਪਿੰਡ ਸਭ ਤੇਰਾ ਵੈ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਜਾਣੇ ਤੇਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨਾਮ ਸਿਮਰਾ ਸ੍ਰੀ ਹਰਾ ਸ੍ਰੀ ਹਰਕ੍ਰਿਸ਼ਨ ਧਿਆਈਐ ਜੇ ਡਿਠਾ ਸਾਹਿਬ ਦੁਖ ਜਾਇਤੇ ਗੁਆਦਰ ਸਿਮਰੀਐ ਕਰਨ ਆਉਣੇ ਦਾਵੇ ਧਾਈ ਸਾਹਿਬ ਥਈ ਹੋਏ ਸਹਾਇ ਸਭ ਥਈ ਸਦ ਦਸਵੇਂ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਵੇ ਥਈ ਹੋਣਾ ਜੀ ਸਹਾਇ ਸਵੇ ਥਈ ਹੋਣਾ ਜੀ ਸਾਹਿਬ ਦਸਵੇਂ ਪਾਤਸ਼ਾਹ ਕੀ ਆਤਮਕ ਜੋਤ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਾਂ ਦੇ ਪਾਵਨ ਪਵਿੱਤਰ ਗੁਰਬਾਣੀ ਪਾਠ ਦਰਸ਼ਨ ਦੇ ਦਾਰ ਦਾ ਅੰਤਰਗਲ ਸਾਹਿਬ ਬੋਲੋ ਜੀ ਸਤਿਗੁਰੂ ਸਾਹਿਬ ਜੀ ਅੱਗੇ ਚਾਰ ਸਾਹਿਬ ਜੀ ਦੇ ਪੰਜ ਪਿਆਰੇ ਚਾਲੀ ਮੁਤੇ ਸਮੂਹ ਸ਼ਹੀਦਾਂ ਅਮਰੂਦਾਂ ਸ੍ਰੀ ਸਿੰਘਾਂ ਸਿੰਘਣੀਆਂ ਭਜੰਗੀ ਭਜੰਗਣੇ ਜਿਨ ਨਾਮ ਜੀ ਪੈ ਵੰਡ ਕੇ ਚੁੱਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨੁਠੀ ਦਾ ਸਮੂਹ ਸੰਤਾਂ ਭਗਤਾਂ ਮਹਾਂਪੁਰਸ਼ਾਂ ਮਾਤਾਵਾਂ ਤਨ ਤਨ ਸੰਤ ਮਹਾਰਾਜ ਸੰਤ ਵਾਤਰ ਸਿੰਘ ਜੀ ਮਹਾਰਾਜ ਗੁਰਸਾਗਰ ਮਾਸ ਪੁਰਾਣ ਬੀਸਵੀਂ ਸਦੀ ਦੇ ਅਵਤਾਰਨ ਦਰਤਾਰਾਂ ਦੀ ਕਠਣ ਘਾਲਣਾ ਸਖਤ ਕਰੜੀ ਕਵਿੰਦਰ ਖਾਲਸਾ ਬੋਲੋ ਜੀ ਆਦਿ ਸ੍ਰੀ ਨਨਕਾਣਾ ਸਾਹਿਬ ਲੈ ਕੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੱਕ ਪੰਜਾਂ ਤੱਕ ਸਵਾਨ ਸਤਿਗੁਰ ਦੁਆਰੇ ਗੁਰਧਾਮ ਅੱਗੇ ਝੰਡਿਆਂ ਗੁੰਗਿਓ ਲੰਗਰੋਂ ਜਲੂਸੋਂ ਨਗਾਰਿਆਂ ਤੋਂ ਸੰਸਾਧਾਂ ਜੁੜ ਮੇਲੇ ਸਰੋਵਰੋਂ ਡੇਰੋਂ ਕਾ ਅੰਤਰ ਖਾਲਸਾ ਬੋਲੋ ਜੀ ਆਪ ਜਾ ਕੇ ਗੁਰਸਿੱਖਾਂ ਦਾ ਮਾਨੀ ਮਾਮਾ ਤੁੱਚੀ ਮਾਤ ਪਤਾ ਰੱਖਾ ਆਪ ਕਲ ਪੁਰ ਵਾਹਿਗੁਰੂ ਜੋ ਨੇ ਮਾਣਿਕ ਮਾਨ ਸਤਿਗੁਰੂ ਨੇ ਤਾਣੇ ਕੇ ਤਾਣ ਸਤਿਗੁਰੂ ਨੇ ਟਿੰਗੇ ਹੋਰ ਸਤਿਗੁਰੂ ਨੇ ਆਸਰੇ ਕਿ ਆਸਰੇ ਸੱਚੇ ਪਿਤਾ ਅਕਾਲ ਜੀ ਸਾਹਿ ਅਕਾਲ ਸਰੂ ਪਰਮ ਪਿਤਾ ਗੁਰਦੇਵ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਸਾ ਮਹਾਰਾਜ ਜੀ ਆਪ ਜਾਂ ਦੀ ਅਪਾਰ ਕਿਰਪਾ ਜੀ ਅਰਦਾਸ ਕਰਦੇ ਪ੍ਰੀਤਮਾਨ ਗੁਰੂ ਪਿਆਰੇ ਗੁੱਗਾ ਮਾੜੀ ਦੇ ਭਗਤ ਭਗਤ ਆਤਮਾ ਸਿੰਘ ਜੀ ਤਾਰ ਪਾਸਾ ਜੀ ਉਹ ਸਮੂਹ ਇਲਾਕਾ ਨਿਵਾਸੀ ਇਹਨਾਂ ਦੇ ਬਜ਼ੁਰਗ ਕਾਕਾ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਸਮੂਹ ਇਲਾਕਾ ਨਿਵਾਸੀ ਸਰਦਾਰ ਕਾਕਾ ਸਿੰਘ ਜੀ ਤਾਰ ਪਾਸਾ ਜੀ ਹੋਰ ਇਲਾਕਾ ਨਿਵਾਸੀਆਂ ਵੱਲੋਂ ਤਾਰ ਪਾਸਾ ਜੀ ਜੋ ਮਹਾਨ ਪਰਉਪਕਾਰੀ ਮਹਾਂਪੁਰਸ਼ਾਂ ਨੇ ਪਾਰ ਬਖਸ਼ ਕੀਤੀ ਹੈ ਕਿਰਪਾ ਕੀਤੀ ਹੈ ਤਾਰ ਪਾਸਾ ਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਇਆ ਪਵਿੱਤਰ ਸਥਾਨ 'ਤੇ ਮਿਹਰਬਾਨ ਜੀ ਉਹ ਪਰਸੋਂ ਤੋਂ ਆਪ ਜਾਂਦੀ ਕੱਲ੍ਹ ਹੀ ਤੁਰਕੀ ਬਾਣੀ ਆਈ ਅਤੇ ਸਗਲੀ ਚਿੰਤ ਮੜਾ ਜੀ ਪੰਜਾਬ ਸ੍ਰੀ ਖੰਡ ਪਾਠ ਸਾਹਿਬ ਪ੍ਰਾਂਤ ਹੋਏ ਪਾਠ ਕਰਦੇ ਤੋਂ ਸੇਵਕਾਂ ਤੋਂ ਸੇਵਾ ਕਰਦਿਆਂ ਤੋਂ ਬੇਨਤੀ ਹੁਣ ਤਿਆਰ ਆ ਗਈਆਂ ਹੋਣਗੀਆਂ ਵਿੱਚ ਜਾਣ ਕੇ ਖਿਮਾ ਕਰਿਓ ਅੱਗੇ ਵਾਸਤੇ ਸਮਤ ਬਖਸ਼ੋ ਸੇਵਕਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਬਖਸ਼ੋ ਹਰਮਦੰਦ ਵਾਣੀ ਫਤਿਹ ਬਖਸ਼ੋ ਤਾਰ ਪਾਸਾ ਜੀ ਆਪ ਜਾਂਦੇ ਪਾਵਨ ਪਵਿੱਤਰ ਚਰਨਾਂ ਕਲਾਂ ਦਾ ਪਿਆਰ ਬਖਸ਼ੋ ਤਾਰ ਪਾਸਾ ਜੀ ਸੰਸਾਰ ਦੇ ਭਲੇ ਵਾਸਤੇ ਚੜ੍ਹਦੀਆਂ ਕਲਾਂ ਬਖਸ਼ੋ ਤਾਰ ਪਾਸਾ ਜੀ ਅੰਮ੍ਰਿਤ ਵੇਲੇ ਤਾਂ ਕਿ ਸਾਰੀਆਂ ਆਸਾਂ ਪੂਰਨ ਕਰਨ ਵਾਲੇ ਆਸਾ ਜੀ ਦੀ ਵਾਰ ਦੇ ਹਰ ਜਸ ਕੀਰਤ ਨੂੰ ਮਹਾਨ ਪਰਉਪਕਾਰੀ ਮਹਾਂਪੁਰਸ਼ ਨੇ ਪਾਰ ਬਖਸ਼ੀਆਂ ਆਪਣੇ ਪਾਵਨ ਪਵਿੱਤਰ ਨੂੰ ਖਾਰਜ ਤੋਂ ਹਰ ਜਸ ਕੀਰਤ ਨੂੰ ਅਖਿਆਨ ਸੁਣਾ ਕੇ ਸੰਤਾਂ ਨੇ ਹਾਲ ਕੀਤਾ ਹੈ ਇਸ ਪਵਿੱਤਰ ਗੁਰਬਾਣੀ ਪਦੇ ਦਾ ਸਾਡੇ ਕਲਯੁਗ ਜੀਵਨ ਦੇ ਖੜੂਨ ਤੇ ਵਸਾ ਕਰਾਓ ਪਰਉਪਕਾਰੀ ਮਹਾਂਪੁਰਸ਼ਾਂ ਚੜ੍ਹਦੀਆਂ ਕਲਾਂ ਬਖਸ਼ੋ ਸੰਗਤਾਂ ਨੂੰ ਨਿਵਾਸ ਤਾਂ ਕਰਨ ਜੋ ਹੀ ਮਾਜਵਾ ਦੇ ਚਰਨਾਂ 'ਚ ਹਾਜ਼ਰ ਸਰਬਧੀਆਂ ਆ ਜਾਂਦਰ ਗੱਲ ਲਿਖੀ ਲਾ ਉਧਰੋਂ ਕਰੋ ਨਾਮਦਾਨ ਸਨਾਨ ਗੁਰਸਿੱਖੀ ਦਾਨ ਬਖਸ਼ੋ ਤਿਲ ਬੁਲ ਪੇਟਾ ਦਰ ਪ੍ਰਵਾਨ ਕਰੋ ਕਾਮ ਕਰ ਲਓ ਅਹੰਕਾਰ ਤੋਂ ਬਚਾਉਣ ਕਰੋ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾਉਣ ਕਰੋ ਆਪਦੇ ਪਿਆਰੇ ਸੇਵਕਾਂ ਸੰਤਾਂ ਮਹਾਂਪੁਰਸ਼ਾਂ ਦੀ ਹਰ ਵੇਲੇ ਹਰ ਸਮੇਂ ਹਰ ਤਰ੍ਹਾਂ ਪ੍ਰਗਟ ਕਰਕੇ ਹਰ ਜਗ੍ਹਾ ਸਾਹਿਬ ਰੱਖਿਆ ਕਰਨੀ ਕਰੋ ਸਮੂਹ ਕਾਰਜਾਂ ਸੁਰਤਾਈ ਬਖਸ਼ੋ ਗੁਰਮੁਖ ਪਿਆਰਿਆਂ ਵੱਲੋਂ ਆਪ ਜਾਂ ਸੁਣੇ ਪਛਾਕੇ ਪੈਣ ਕਰ ਆਪਦੇ ਅੰਗਾਂ ਸੇਵਕਾਂ ਦੇ ਪੜਦੇ ਕਹਿੰਦੇ ਬੇਅੰਤ ਮੈਂ ਅਰਦਾਸ ਕਰਨ ਸੇਵਕਾਂ ਚੜ੍ਹਦੀਆਂ ਕਲਾਂ ਬਖਸ਼ਣੀਆਂ ਆਪ ਦੇ ਖਜ਼ਾਨੇ 'ਚ ਪੰਚਾਂ ਮਿੰਟ ਕੜਾ ਪ੍ਰਸਾਦ ਦੇਗਾ ਜਿਹੜਾ ਕਰੀ ਭਾਗ ਸਾਹ ਸੋਚ ਪਵਿੱਤਰ ਹੁਣ ਲਾਓ ਭੋਗਾ ਰਾਇਤਾ ਪ੍ਰਸ਼ਾਦ ਪ੍ਰਮਕਾ ਨਾਥ ਸ਼ੀਤ ਪ੍ਰਸਾਦ ਸੰਗਤ 'ਚ ਵਰਤੇ ਜੋ ਜਗ੍ਹਾ ਦਾ ਸਵਾਸ ਸਵਾ ਨਾਮ ਦੇ ਪਿਆਰ ਦੇ ਲੰਗਰਾਂ 'ਚੋਂ ਪ੍ਰਸ਼ਾਦ ਦਾਤਾ ਰੁਕਿਆ ਹੋਇਆ ਹੈ ਟੀਚਰ ਮੁੱਲ ਨਾ ਦਰੂ ਚਰਾਬ ਕਿਰਪਾਲ ਸ਼ਬਦ ਖੁਟਬਾ ਨਾਨਕਾ ਖਾਏ ਖਾਰ ਛਤਨ ਮਾਲ ਲੰਗਰ ਪਟੋਟੋਣੇ ਨਿਹਾਲ ਤਾਈ ਦੇ ਹੁਕਮ ਨਾਮ ਬਖਸ਼ ਕੇ ਨਿਹਾਲ ਕਰੋ ਸੇ ਗੁਰਮੁਖ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਜੀ ਦਾ ਹੀ ਨਾਮ ਚਿੱਤਾ ਹੈ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰਾਜਾ ਪਈ ਅਕਾਲ ਕੀ ਤਹੀ ਚਲਾਇਓ ਸਭ ਸਿੰਘਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚਾ ਰਾਜ ਕਰੇਗਾ ਖਾਲਸਾ ਕੀ ਰਹੇ ਨ ਕੋਏ ਸਾ ਮਿਲਾਂਗੇ ਬਚੇ ਸਰਨ ਜੋ ਉੱਠ ਗਈ ਸਵਾ ਮਿਲੇ ਸਕੀ ਕਰ ਕੂੜਾ ਪਾਸਾ ਬਜਿਆ ਫਤੇ ਕਾ ਨੇਕ ਲੰਕਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਜੀ ਤੋ ਆਪਣੀ ਰੱਖਿਆ ਕਰੇ ਕਲਗੀ ਦਰਜ ਲਗੀ ਜੀ ਵਾਹਿਗੁਰੂ ਬਾਬਾ ਵੈਦ ਸਿੰਘ ਪੂਰਨ ਗੁਰੂ ਅਵਤਾਰ ਰਗਮਗ ਜੋਤ ਬਰਾਜ ਰੇ ਕਿਰਿਆ
ਆਲ ਚਾਲ ਨਗਰ ਪਾਰ ਨਾਮ ਜਹਾਜ ਹੈ ਦੋਏ ਸੋਤੇ ਪਾਰ ਓ ਦਾਦਾ ਕਰਸੇ ਮੁੰਡੇ ਗੁਰ ਪਾਰ ਉਤਾਰਨਾ ਸਗਲ ਦਵਾਰ ਕੋ ਛਾੜ ਕੇ ਜੋ ਤੁਹਾਰੋ ਆਏ ਕੀ ਰਾਜ ਅਸ ਗੋਬਿੰਦ ਦਾਸ ਤੁਹਾਰ ਬਾਏ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਜਬਲੇ ਸੋਨਿਹਾਲ ਕਹਿੰਦੇ ਇੱਕ ਘੰਟਾ ਕੁ ਤਾਂ ਰਚਨਾ ਲਾ ਦਿਓ ਨਾ ਘੰਟਾ ਹੀ ਮੈਂ ਕਿਹਾ ਬਾਰਾਂ ਰਹਿੰਦੇ ਨੇ 13 ਮਿੰਟ ਉਦੋਂ ਬਾਅਦ ਭੋਗਦੇ ਸਲੋਕ ਸੁਣੋਗੇ ਜਿਹੜੀਆਂ ਸੰਗਤਾਂ ਅਜੇ ਵੀ ਭੋਗਦੇ ਵੇਲੇ ਹੀ ਜਾਵਾਂਗੇ ਵੇਲਾ ਹੋਰ ਕਿਹੜਾ ਹੈ ਉਹ ਵੀ ਸੰਗਤਾਂ ਆ ਪਹੁੰਚੋ ਲੈ ਲਓ ਲਾਹੇ ਭਾਗਾਂ ਵਾਲਿਓ ਕਿੱਡਾ ਪਿਆਰ ਦਾ ਸਬੂਤ ਤੁਸੀਂ ਵੀ ਦੇ ਰਹੇ ਹੋ ਇੱਥੇ ਵੀ ਮਿਲ ਰਿਹਾ ਭਗਵਾਨ ਨੇ ਕੀ ਕੀਤਾ ਕੱਪੜ ਕੋਟ ਉਸਾਰਿਆਂ ਨੂੰ ਇੱਕ ਵਸਤਰ ਨਹੀਂ ਸੀ ਸਾੜੀ ਕਰੋੜਾਂ ਹੀ ਕੋਟ ਉਸਾਰਿਆਂ ਦੂਜਾ ਅਰਥ ਤੀਜਾ ਵੀ ਕਹਿ ਦਈਏ ਕੋਟ ਐਂ ਦੇਖਦਿਆਂ ਪੱਗ ਲੈ ਜੇ ਉਹਨੂੰ ਵੀ ਕਿਹਾ ਮਾਂ ਇੰਨਾ ਹੁਣ ਆ ਦੇਖਦਿਆਂ ਨਾ ਆ ਸੰਗਤ ਦੀ ਲਾਈਨ ਐਂ ਦੇਖਦਿਆਂ ਇੱਥੋਂ ਤੇ ਐਂ ਉਹ ਤੱਕ ਦੇਖਦਿਆਂ ਪੱਗਾਂ ਲੈਂਦੀਆਂ ਨੇ ਮੈਂ ਤਾਂ ਖਿੱਚ ਕੇ ਰੱਖੀ ਹੈ ਪੱਗ ਸਿਰੇ ਤੱਕ ਦੇਖਦਾ ਕੋਟ ਉਸਾਰਿਆਂ ਥੱਕੇ ਦੂਤ ਨਾ ਪਾਰ ਬਸਾਂਦੀ ਅੰਤ ਨਹੀਂ ਆਉਂਦਾ ਭਗਵਾਨ ਨੇ ਐਨੀ ਲਾਜ ਰੱਖ ਲਈ ਹੱਥ ਮਰੋੜਨ ਜਿਹੜੇ ਜੂਏਬਾਜ ਵਾਂਗੂ ਬਾਜੀ ਹਾਰ ਜਾਣ ਉਹ ਹੱਥ ਮਰਦੇ ਹੁੰਦੇ ਨੇ ਸਿਰ ਧੁਣਨ ਸਿਰ ਹਲੂਣਦੇ ਨੇ ਓ ਹੋ ਫਿਰ ਹਾਰੇ ਹੋਏ ਲੋਕ ਸੰਤ ਰੂੜ ਸਿੰਘ ਜੀ ਹੱਕ ਤਾਂ ਨਹੀਂ ਗਏ ਕਿਤੇ ਮਸਤੂਆਣੇ ਵਾਲੇ ਹੋਣ ਸੰਤ ਅਤੇ ਥੱਕਣ ਇਹਨਾਂ ਨੂੰ ਮੌਤੀ ਹੁਣ ਬਹੁਤ ਵੱਡੀ ਚਲੀ ਗਈ ਇਹਨਾਂ ਨੂੰ ਤਕੜੇ ਹੋਰ ਕਰਨੇ ਵਾਲੇ ਭਾਰੀ ਨਾ ਹੋ ਜਾਓ ਜਿਹੜੇ ਚੱਕਣੇ ਵੀ ਔਖੇ ਹੋ ਜਾਓ ਕਿਤੇ ਕਿਉਂਕਿ ਇਹ ਆਨੰਦ ਹੈ ਜਿਹੜਾ ਨਾ ਥੋੜ੍ਹਾ ਜਿਹਾ ਛੂਟਾਂ ਵੀ ਵੱਟ ਲਿਆ ਕਰੋ ਅੱਜ ਜਿਹੜਾ ਇਹਨਾਂ ਨੇ ਆਉਣਾ ਕੀਤਾ ਹੈ ਇਹ ਤਾਂ ਕੀੜੀ ਦੇ ਕਰਨ ਰਹਿਣ ਆ ਗਏ ਮੈਂ ਕਿਹਾ ਮੇਤੇ ਤਾਂ ਸੱਦਾ ਨਹੀਂ ਦਿੱਤਾ ਗਿਆ ਜੇ ਅੱਜ ਸੰਤ ਰੂੜ ਸੋਹਣੀ ਆ ਜਾਣ ਬੜੀ ਚੰਗੀ ਗੱਲ ਹੈ ਮੇਰੀ ਵੀ ਇੱਜ਼ਤ ਰਹਿ ਜੂਗੀ ਬਹੁਤ ਵੱਡੀ ਗੱਲ ਬਣ ਗਈ ਹੋਰ ਵੀ ਮਹਾਤਮਾ ਬੈਠੇ ਨੇ ਭਗਤ ਬੈਠੇ ਨੇ ਭਗਤ ਜੇਠਾ ਜੀ ਨਾ ਹਿੱਲ ਨਾ ਸਕਣ ਉੱਥੇ ਗੂੰਜਾਂ ਪਾਉਂਦੇ ਆਉਣ ਬਾਬਾ ਜੀ ਦੇ ਮੰਦਰ ਵਿੱਚ ਵੀ ਭਗਤਾਂ ਨੂੰ ਚੌਂ ਕਿਉਂ ਨਾ ਚੜ੍ਹੇ ਇਹਨਾਂ ਨੇ ਵੀ ਆਪਦਾ ਘਰ ਸਭ ਬਸ ਤੁਹਾਡੇ ਲੇਖ ਹੀ ਲਾਇਆ ਹੱਥ ਮਰੋੜਨ ਸਿਰ ਧੁਣਨ ਫਿਰ ਕੀ ਕਹਿੰਦੇ ਨੇ ਪੁੱਛੋ ਤਾਣ ਕਰਨ ਕਿੱਥੇ ਕੁ ਫਿਰਦਾ ਤੇਰੀਆਂ ਵੀ ਅੱਖਾਂ ਤਾਂ ਹੀ ਚੜੀਆਂ ਹੋਈਆਂ ਨੇ ਅਤੇ ਗੜਬਈ ਵੀ ਤਾਂ ਹੀ ਦੇਖੀ ਜਾਂਦਾ ਐਂ ਸੁਰ ਤੈਨੂੰ ਵੀ ਨਹੀਂ ਕਿਤੇ ਡੇਗੇ ਮੈਂ ਨਾ ਪਵੇ
ਤਾਂ ਹੀ ਦੇਖੀ ਜਾਂਦਾ, ਤਾਂ ਹੀ ਬਲੌਰਾਂ ਵੱਲ ਨੂੰ ਸਿਰ ਥੁਣਨ ਗੱਜ ਕੇ ਬੋਲੋ ਵਾਹ। ਫਿਰ ਕੀ ਕਹਿੰਦੇ ਨੇ, ਪਛੋ ਤਾਣ ਕਰਨ ਜੈ ਜਾਂਦੀ, ਜੈ ਜਾਂਦੀ ਆਖਰ ਦੀ ਗੱਲ ਹੈ, ਪਛਤਾਵੇ ਓਹ ਹੋ ਸਾਤੋਂ ਇਹ ਕੀ ਬਣ ਗਿਆ, ਕੀ ਹੋ ਗਿਆ। ਜਿੱਤ ਹੋ ਗਈ ਦਰੋਪਤਾਂ ਦੀ, ਸੰਤਾਂ ਭਗਤਾਂ ਦੀ ਕਿਸੇ ਯੁੱਗ ਵਿੱਚ ਹਾਰ ਨਹੀਂ ਹੋਈ। ਆ ਛੱਕਾ ਪੜ੍ਹਨਾ ਹੈ ਜੀ, ਘਰ ਨੂੰ ਆ ਰਹੀ ਹੈ। ਠਾਕਰ ਮਿਲੇ ਮੂਹਰੇ ਭਗਵਾਨ ਕ੍ਰਿਸ਼ਨ ਚੰਦਰ ਖੜੇ ਨੇ, ਸਵਾਲ ਜਿਹੜਾ ਅੰਦਰ ਸੀ ਹੱਲ ਹੋ ਗਿਆ, ਹੁਣ ਸਵਾਲ ਭਗਵਾਨ ਕਰਦੇ। ਪੈਜ ਰਹੀ ਹੇ ਦਰੋਪਤਾ ਤੇਰੀ ਲਾਜ ਰਹਿ ਗਈ, ਪੱਛੋ ਤਾਂ ਜਿੱਥੇ ਪਛਤਾਵਾ ਸੀ ਜਿੱਤ ਸੀ ਅੱਜ। ਬੋਲੇ ਨਿਹਾਰ ਉਹ ਲਸਾੜੇ ਵਾਲਾ ਭਗਤ ਹੈ, ਇੱਥੇ ਇੱਕ ਲਸਾੜਾ ਨਹੀਂ ਅੱਜ, ਪੂਲੀ ਵਾਲੇ ਮੰਤ ਨੂੰ ਕੀ ਇਲਾਕਾ ਰਿਹਾ ਕੋਈ, ਬਾਬਰਪੁਰ ਚੌਮੋ ਬੇਰਾਂ ਸਿਹੋੜਾ ਸਿਰਸਰ ਮਹੰਤ ਏਕਮਦਾਸ ਜੀ ਸਾਰਾ ਇਲਾਕਾ ਹੀ ਉਤਲਾ ਖਿੱਚ ਲਿਆ। ਬੜਾ ਅੱਜ ਤਾਂ ਤੇਜ਼ ਚੁੰਬਕ ਹੈ ਭਗਤ ਜੀ ਤੁਸੀਂ ਖਿੱਚਿਆ, ਬਾਲੇਵਾਲ ਸਾਹਿਬ ਭੋਗੀ ਵਾਲ ਤਾਂ ਮੈਂ ਰੌਲਾ ਜ਼ਰੂਰ ਪਾਇਆ, ਕੋਈ ਲੋੜ ਸੀ। ਬਈ ਭਗਵਾਨ ਨੇ ਕਿਹਾ ਦਰੋਪਤਾ ਤੇਰੀ ਲਾਜ ਰਹਿ ਗਈ, ਪੈਜ ਰਹੀ ਬੋਲੇ ਸ਼ਰਮਾ ਦੀ, ਸ਼ਰਮਾ ਕੇ ਨਿਮੋ ਚੂਣ ਹੋ ਕੇ। ਨਾਥ ਮਾਲਕ ਕਹਿ ਨਾਥ ਨੂੰ, ਅਨਾਥਾਂ ਕੀ, ਅਨਾਥ ਜੀ ਦਾ ਕੋਈ ਰਾਕਾ ਨਹੀਂ, ਕੋਈ ਨਾ ਮਦਦ ਦੇਵੇ, ਸਹਾਰਾ ਨਾ ਜੀ ਦਾ ਕੋਈ ਹੋਵੇ, ਅਤੀਮ ਹੋਵੇ ਜੈ। ਅਨਾਥਾਂ ਕੀ ਬਾਣ ਧੁਰਾਂ ਦੀ ਆਦਤ ਤੁਹਾਡੀ ਅੱਜ ਦੀ ਨਹੀਂ, ਤੁਸੀਂ ਸਾਧੂ ਸੰਤਾਂ ਭਗਤ ਜਿਹੜੇ ਤੁਹਾਡੇ ਬਣ ਗਏ ਉਹਨਾਂ ਦੀ ਲਾਜ ਪੈਜ ਰੱਖਦੇ ਆਏ ਹੋ। ਹੁਣ ਚੌਵੀ ਮੈਂ ਛੱਕਾ ਭੋਗ ਵਾਲਾ ਕਿ ਹੇ ਭਗਵਾਨ, ਹੇ ਗੁਰੂਦੇਵ, ਹੇ ਪਰਮੇਸ਼ਰ, ਤੁਸੀਂ ਹਰ ਯੁੱਗ ਵਿੱਚ ਹੀ ਸੰਤਾਂ ਭਗਤਾਂ ਦੀ ਲਾਜ ਰੱਖਦੇ ਆਏ ਹੋ, ਉਹਨਾਂ ਨੂੰ ਹਾਰ ਨਹੀਂ ਕਦੇ ਆਉਣ ਦਿੰਦੇ, ਉਹਨਾਂ ਦੀ ਸਦਾ ਜਿੱਤ ਹੀ ਜਿੱਤ ਰਹਿੰਦੀ ਹੈ। ਨਵੀਂ ਸੁਰ ਇੱਕ ਹੋਰ ਚੱਕ ਦਿੱਤੀ ਉੱਚੀ, ਅੱਜ ਦੇਖੀ ਜਾਊਗੀ। ਤਕੜੇ ਹੋ ਕੇ ਬੋਲਿਓ, ਅਜੇ ਦੋ ਥਾਂ ਹੋਰ ਨੇ ਅੱਜ। ਆਹ ਦੇਖੋ ਆਨੰਦ ਰਾਤ ਕਿਹੜੀ ਕਿੱਥੇ ਸੁਰ ਤੇ, ਪਤਾ ਕਈ ਰਾਗੀ ਜਿਵੇਂ ਖਾਲਸਾ ਜੀ ਜਸਵੀਰ ਸਿੰਘ ਵਰਗੇ ਕਾਰਾਂ ਲੈ ਕੇ ਕਾਰਾਂ 'ਚ ਲੁਕੇ ਸੁਣਦੇ ਸੀ ਸੋੜੇ ਵਾਲੇ ਦਾ ਕੀਰਤਨ, ਕਾਰਾਂ 'ਚ ਬੈਠੇ ਬਾਹਰ, ਜਿਹੜੇ ਵਿਦੇਸ਼ਾਂ 'ਚ ਜਾ ਕੇ ਝੂਮਦੇ ਨੇ ਵੀ ਮੈਂ ਰਾਗੀ ਹਾਂ, ਮੈਂ ਫਲਾਣਾ, ਮੈਂ ਪ੍ਰੋਫੈਸਰ ਹਾਂ। ਉਹ ਲੁਕ ਲੁਕ ਕੇ ਕੋਈ ਖੇਤ 'ਚ ਖੜਾ, ਕੋਈ ਸੜਕ 'ਤੇ, ਮੈਂ ਵੀ ਪਰਸੋਂ ਪਰਲੇ ਰਾਹ ਪਾ ਲਈ ਛੱਡ ਗੱਡੀ, ਉਹ ਲੁਕੇ ਖੇਤਾਂ 'ਚ ਬੈਠੇ ਸੁਣਨ ਕੀਰਤਨ, ਵੀ ਜੇ ਵਿੱਚ ਚਲੇ ਗਏ ਐ ਹੋ ਗਏ ਤਾਂ ਸਿਉੜੇ ਵਾਲੇ ਦਾ ਕੀਰਤਨ ਸੁਣਦੇ ਨੇ, ਐਡੇ ਵੱਡੇ ਵੱਡੇ ਵਿਦਵਾਨ ਰਾਗੀ। ਰਾਤ ਉਹ ਖਾਲਸਾ ਜੀ ਫਿਰ ਉਸ ਜਦ ਦੇਖਣ ਲੱਗੇ ਲਾਈਟਾਂ ਕਰੇ ਵੀ ਇਹ ਮੈਂ ਦੇਖਾਂ ਨਾ ਕਿਤੇ, ਆਪਣੀ ਗੱਡੀ ਦੀਆਂ ਲਾਈਟਾਂ ਤੇਜ਼ ਕਰਤੀਆਂ, ਬੈਠਾ ਹੀ ਰਿਹਾ ਜੋੜਿਆਂ ਦੇ ਕੋਲ। ਮੈਂ ਕਿਹਾ ਤਾਂ ਵੀ ਚੰਗਾ ਜੇ ਤੂੰ ਆ ਗਿਆ ਭਾਈ, ਹੋਰ ਵੀ ਬੈਠੇ ਸੀ, ਚੰਡੀਗੜ੍ਹ ਦੀਆਂ ਗੱਲਾਂ ਕਰਦਾ ਮੈਂ ਰਾਤ ਦੀਆਂ, ਉਹ ਆਨੰਦ ਪਰ ਆਹ ਵੀ ਆਨੰਦ ਸੀ ਵੀ ਹਾਜ਼ਰੀਆਂ ਵੀ ਪਿਆਰ ਦੀਆਂ ਭਰਨੀਆਂ ਨੇ। ਉਹ ਭਗਤਾਂ ਦੀ ਲੱਜਿਆ ਵਾਸਤੇ ਕਰ ਜੀ ਅਵਤਾਰ ਤਾਰਦੇ, ਭਗਤਾਂ ਦੀ ਲੱਜਿਆ ਵਾਸਤੇ ਕਰ ਜੀ ਨੂੰ ਆਉਣਾ ਪੈਂਦਾ,
ਲੱਜਿਆ ਵਾਸਤੇ ਹਰ ਜੀ ਅਵਤਾਰ ਧਾਰ ਹਰ ਜੁਗ ਜੁਗ ਭਗਤ ਉਪਾਏ ਆ। ਆ ਸੁਰ ਪਤਾ ਕਿੱਥੇ ਹੈ? ਦੋ ਦਿਨ ਲੰਘੇ ਨਾ ਦਿਆਂ ਦੀਵਾਨਾ ਜ ਤਿੰਨ, ਚੌਥੇ ਦੀ ਗੱਲ ਹੈ ਔਰ ਪੰਜਵੇਂ ਦੀ ਵੀ ਗੱਲ ਹੈ। ਗਿਆਨੀ ਜੀ ਕਹਿ ਰਹੇ ਹਾਂ, ਆ ਚਰਨਜੀਤ ਕਹਿੰਦਾ ਬੱਚਿਆ ਫਿਰ ਚਲੋ ਇਹਨੂੰ ਫੇਰ ਕੇ ਆਪਣੇ ਆਪ ਕਹਿੰਦਾ ਮੈਂ ਬਹੁਤ ਬੜਾ। ਕਹਿੰਦਾ ਉਦੋਂ ਬਾਬਾ ਜੀ ਸੰਤ ਜੀ ਬਾਬਾ ਜੀ ਰੋੜਿਆ ਉਹਨਾਂ ਦੇ ਗੁੜਿਆਂ ਵਾਲਿਆਂ ਦੇ ਵੇਲੇ ਭਰੀ ਜੋਬਨ ਚੁੱਚੀ ਉਹ। ਮੈਂ ਕਿਹਾ ਕਿੱਥੇ ਗਈ ਆਵਾਜ਼, ਹੁਣ ਕਿਹੜਾ ਨੀਵੇਂ ਬੋਲਦੇ ਆ, ਕਿੱਥੇ ਗਏ ਹੋਏ? ਇਹ ਜਿਹਾ ਇਹ ਨਿਆਣਿਆਂ ਦੀਆਂ ਗੱਲਾਂ ਹੁੰਦੀ ਹੈ ਵੀ ਹੁਣ ਤੂੰ ਕਿਤੇ ਐਂ ਪੁੱਛੇ ਹਰਵੱਲਭ ਬਣ ਗਿਆ ਸਿਆਉਣੇ ਵਾਲੇ ਦੇ ਉੱਤੋਂ ਦੀ। ਬਥੇਰੀਆਂ ਸੁਰਾਂ ਮਗਰ ਖੜ ਖੜ ਤੁਸੀਂ ਨਕਲਾਂ ਕੱਢਦੇ ਹੋ, ਨਕਲੀਆਂ ਦੇ ਛਿੱਤਰੇ ਹੀ ਪੈਂਦੇ ਹੁੰਦੇ ਨੇ। ਅਮਤੋਈ ਨਕਲੀਏ ਹੀ ਨੇ, ਉਹ ਰਾਂਝਾ ਹੀਰ ਨਹੀਂ ਬਣਦੇ ਜੀ। ਉਦੋਂ ਐ ਕੀਰਤਨ ਹੈ ਵੀ ਹੁਣ ਕਿਤੇ ਕੀਰਤਨ ਗਿਆ? ਤੁਸੀਂ ਲਾਹਾ ਲਿਆ ਕਰੋ, ਲਾਹਾ ਬੋਲੋ ਜਿੱਥੇ ਤੁਸੀਂ ਤੁਸੀਂ ਉੱਥੇ ਆਵਾਜ਼ ਵੀ ਨਹੀਂ ਕੱਢ ਸਕਦੇ। ਹੁਣ ਪਿੱਛੇ ਜਾ ਬੈਠਿਆ ਵੀ ਬੋਲਣਾ ਪਊਗਾ। ਉਂ ਉਂ ਜੀ ਤਾਂ ਕਰੀ ਜਾਂਦਾ, ਚੌਂ ਚੌਂ ਜੀ ਜਿਵੇਂ ਕੁੱਤਾ ਹਿਲਦਾ ਨਹੀਂ ਹੈ, ਵੱਢਣ ਨੂੰ ਤਿਆਰ ਹੁੰਦਾ। ਉਹ ਗਏ ਕਿੱਥੇ ਆ? ਆ ਬੋਲੋ ਜਿਹਨੇ ਬੋਲਣਾ ਹੈ, ਉੱਚੀ ਬੋਲੋ ਪਿਆਰ ਵਿੱਚ। ਮੈਂ ਕਿਹਾ ਵਾਹ ਬਈ ਵਾਹ ਨਿਆਣੇ ਵਾਲੀਆਂ ਗੱਲਾਂ, ਤੈਨੂੰ ਸਟੇਰਿੰਗ ਕਾਹਦਾ ਫੜਾਇਆ, ਮਹਿਕ ਕਾਹਦਾ ਫੜਾਇਆ, ਤੂੰ ਤਾਂ ਹੋਰ ਹੀ ਪਾਸੇ ਗੱਡੀ ਨੂੰ ਲੈ ਗਿਆ ਜੀ। ਅੱਜ ਜਿਹਦੇ ਘਰ ਮੈਂ ਕਿਹਾ ਟੋਇਆਂ 'ਚ ਲੈ ਬੜਿਆ, ਖਤਾਨਾ 'ਚ ਲੈ ਬੜਿਆ ਜੀ। ਅੱਜ ਭਗਤ ਜੀ ਦੇ ਘਰ ਆ ਕੇ ਪਿਆਰ ਦੇ ਸਬੂਤ ਵਿੱਚ ਅਸੀਂ ਕੁਛ ਇੱਥੇ ਅੰਮ੍ਰਿਤ ਵਰਤਾਉਣਾ ਹੈ, ਅੰਮ੍ਰਿਤ ਅੰਮ੍ਰਿਤ ਸੰਸਾਰ ਨੂੰ ਦੇ ਰਹੇ ਨੇ। ਇੱਥੇ ਦੇ ਵਾਸਤੇ ਵੀ ਸਾਡੇ ਹਿਰਦੇ 'ਚ ਕੋਈ ਥਾਂ ਹੋਵੇ ਵੀ ਅਸੀਂ ਪੇਸ਼ ਕਿਵੇਂ ਆਉਣਾ, ਅਸੀਂ ਸੰਗਤ ਵਿੱਚ ਵੀ ਕੀ ਬੋਲਣਾ। ਬੋਲਣ ਦੇ ਬਥੇਰੇ ਢੰਗ ਦੱਸੀ ਦੇ ਨੇ ਵੀ ਕਿਵੇਂ ਬੋਲਣਾ ਸਭਾ ਵਿੱਚ, ਤਾਂ ਬੜੀ ਲੋੜ ਹੈ। ਮੈਂ ਲੱਜਿਆ ਵਾਸਤੇ ਹੁਣ ਸੁਣ ਲਿਓ। ਇੱਕ ਦਿਨ ਇੱਕ ਨੂੰ ਹੰਕਾਰ ਹੋ ਗਿਆ, ਬੜਾ ਵਿਦਵਾਨ ਹੈ, ਕਹਿੰਦਾ ਮੈਂ ਤਾਂ ਪੜ੍ਹਿਆ ਹੀ ਬਹੁਤ। ਲਓ ਜੀ ਸਾਨੂੰ ਅਨਪੜ੍ਹਾਂ ਨੂੰ ਆਹ ਮੜਾਸੇ ਮਾਰੇ ਹੁੰਦੇ ਨੇ, ਕਹਿਣਗੇ ਤਾਂ ਸਾਧ ਅਨਪੜ੍ਹ ਨੇ। ਆਹ ਮੜਾਸਾ ਮਾਰਿਆ ਹੋਵੇ ਨਾ, ਮੜਾਸਾ ਅਨਪੜ੍ਹ ਗਿਣਦੇ ਹੈ, ਧਿਆਨ ਨਾਲ ਸੁਣਿਓ ਜਰਾ। ਇੱਕ ਵਿਦਵਾਨ ਨੇ ਰੌਲਾ ਪਾ ਦਿੱਤਾ ਆ ਕੇ, ਰਾਤ ਸਾਖੀ ਉੱਥੇ ਸੁਣਾਈ ਸੀ ਇੱਕ ਸੰਤ ਮਾਧੋ ਦਾਸ ਜੀ ਦੀ, ਗੁਰੂ ਅਰਜਨ ਦੇਵ ਜੀ ਦੇ ਸੰਤ ਭਗਤ ਸਨ। ਕੋਈ ਨਹੀਂ ਰੋ ਨਾ ਭਾਈ, ਰੋ ਨਾ, ਬਣਾ ਲਾਂਗੇ, ਪ੍ਰਸ਼ਾਦ ਬਹੁਤ ਪਿਆ, ਫਿਕਰ ਨਾ ਕਰੋ। ਸੁਣੋ, ਉਹਨੇ ਅਖਬਾਰ ਜਾਂ ਇਸ਼ਤਿਹਾਰ ਡੌਂਡੀ ਪਟਵਾ ਦਿੱਤੀ, ਕੋਈ ਸ਼ਹਿਰ ਵਿੱਚ ਵਿਦਵਾਨ ਹੈ ਪੜ੍ਹਿਆ ਲਿਖਿਆ ਮੇਰੇ ਨਾਲ ਚਰਚਾ ਕਰ ਲਓ। ਹੁਣ ਸੰਤ ਭਗਤ ਆ, ਬਾਬਾ ਨਾਨਕ ਦੇ ਬਾਰੇ ਬੋਲਦੇ ਹਾਂ, ਸ਼ਾਮ ਦੇ ਬਾਰੇ, ਹਜ਼ਰਤ ਮੁਹੰਮਦ ਸਾਹਿਬ ਬਾਰੇ ਵੀ ਕਿੱਥੇ ਪੜ੍ਹ ਕੇ ਆਏ ਸੀ ਭਾਈ, ਮੰਨ ਲਿਆ। ਬਾਬਾ ਨਾਨਕ ਕਿੱਥੇ ਪੜ੍ਹ ਕੇ ਆਇਆ ਸੀ, ਸਵਾਲ ਦਾ ਜਵਾਬ ਦੇਣ। ਬਾਬਾ ਲਹਿਣਾ, ਗੁਰੂ ਅਮਰਦਾਸ, ਚੌਥੇ ਰਾਮਦਾਸ, ਉਹ ਤਾਂ ਵਿਚਾਰੇ ਘੁੰਗਣੀਆਂ ਵੇਚਦੇ ਸੀ, ਭਾਗ ਲਾਉਣ ਵਾਲੇ ਗੁਰੂ ਹੁੰਦੇ ਨੇ, ਢੰਡੋਰਾ ਦੇ ਦਿੱਤਾ। ਆਓ ਚਰਚਾ ਕਰੋ, ਜੇ ਨਾ ਕੀਤੀ, ਜਿਹੜੇ ਪੜ੍ਹੇ ਲਿਖੇ ਵਿਦਵਾਨ ਉਹਨਾਂ ਦੇ ਸਾਰੇ ਗ੍ਰੰਥ ਮੈਂ ਖੋਲੂੰ, ਪੁਰਾਣੀਆਂ ਸ਼ਰਤਾਂ ਹੁੰਦੀਆਂ। ਹੁਣ ਜਿਹੜੇ ਚੇਲੇ ਸੀ ਭਗਤ ਜੀਆਂ ਦੇ, ਸੰਤ ਮਾਧੋ ਦਾਸ ਜੀ ਦੇ, ਉਹਨਾਂ 'ਤੇ ਬੜੀ ਦੁੱਖ ਦੀ ਗੱਲ ਲੱਗੀ। ਇਹ ਕਿਹੜਾ ਆ ਗਿਆ ਜਿਹੜਾ ਝੰਡਾ ਚੁੱਕ ਕੇ ਧੁੱਜ ਲੈ ਕੇ ਝੰਡਾ ਪੱਟ ਲਵੇ? ਕਹਿੰਦੇ ਮਹਾਰਾਜ, ਉਹ ਵਿਦਵਾਨ ਪੰਡਿਤ ਆਇਆ, ਉਹਦੇ ਨਾਲ ਚਰਚਾ ਕਰੋ, ਨਹੀਂ ਆਪਣੇ ਗ੍ਰੰਥ
ਪ੍ਰਾਣ ਵੇਦ ਸਭ ਖੋ ਕੇ ਲੈ ਜੂਗਾ। ਸੰਤ ਕਹਿੰਦੇ ਨਾ ਭਾਈ ਅੜੀ ਦਾ ਨਹੀਂ ਹੁੰਦਾ, ਮੈਂ ਤਾਂ ਅਨਪੜ੍ਹ ਹਾਂ ਬਸ, ਮੈਨੂੰ ਨਹੀਂ ਆਉਂਦਾ, ਤੁਸੀਂ ਰਹਿਣਾ ਮੇਰੇ ਕੋਲ ਰਹੋ ਨਹੀਂ ਘਰਾਂ ਨੂੰ ਭਾਜੋ, ਇਕੱਲੇ ਹੀ ਚੰਗੇ ਹਾਂ। ਦੋ ਦਫ਼ਾ ਮਹਾਂਪੁਰਸ਼ਾਂ ਦੀਆਂ ਸਾਖੀਆਂ ਨੇ, ਇੱਕ ਡੇਰਾ ਕਹਿੰਦਾ ਜੀ ਪਹਿਲੇ ਇੱਕ ਜੇਠੇ ਚੇਲੇ ਸੀ ਮਹਾਂਪੁਰਸ਼ ਰਾੜੇ ਵਾਲਿਆਂ ਨੂੰ, ਕਹਿੰਦੇ ਮਹਾਰਾਜ ਅਸੀਂ ਨਹੀਂ ਰਹਿੰਦੇ, ਜੇ ਇਹਨੂੰ ਤੋਰਦੇ ਹੋ ਸਾਰੇ ਹੀ ਜਾਵਾਂਗੇ। ਸੰਤ ਮਹਾਰਾਜ ਕਹਿੰਦੇ ਸਾਰੇ ਹੀ ਲੰਘ ਜਾਓ ਭਾਵੇਂ ਡੇਰਾ ਹੀ, ਕਹਿੰਦਾ ਨਵਾਂ ਡੇਰਾ। ਕਹਿੰਦੇ ਜਾ ਜਿਹੜੇ ਮਰਜ਼ੀ ਖੂਹ 'ਚ ਡੇਗੋ, ਖੂਹ 'ਚ ਡੇਗ ਕੇ ਹੀ ਮਰਿਆ। ਕਹਿੰਦੇ ਜਾ ਡੇਗ ਜਿਹੜੇ ਖੂਹ 'ਚ ਡੇਗਣਾ ਚਲਿਆ ਜਾ, ਅਸੀਂ ਤੁਹਾਡੇ ਮਗਰ ਨਹੀਂ ਆਏ, ਤੁਸੀਂ ਸਾਡੇ ਮਗਰ ਆਏ ਹੋ, ਅਸੀਂ ਤੁਹਾਡੇ ਮਗਰ ਨਹੀਂ ਆਏ, ਜਾ ਡਿੱਗ ਜਿਹੜੇ ਖੂਹ 'ਚ ਡਿੱਗਣਾ ਉਹ ਖੂਹ 'ਚ ਡਿੱਗ ਕੇ ਹੀ ਮਰਿਆ। ਸਭ ਨੂੰ ਪਤਾ ਇੱਥੇ ਸੰਗਤ ਨੂੰ, ਚੇਲਿਓ ਰਹਿਣੇ ਰਹੋ ਨਹੀਂ ਤੁਹਾਡੀ ਮਰਜ਼ੀ। ਉਹ ਹੁਣ ਅਰਦਾਸਾਂ ਕਹਿੰਦੇ ਨਹੀਂ, ਹੰਕਾਰ ਟੁੱਟਣਾ। ਮਹਾਂਪੁਰਸ਼ ਸਾਧੂ ਭਗਤ ਗੁਰੂ ਤੋਂ ਪਾਸਾ ਵੱਟ ਕੇ ਅਰਦਾਸ ਕਰਨ ਲੱਗ ਗਏ, ਸੱਚੇ ਪਾਤਸ਼ਾਹ ਆ ਭਗਤਾਂ ਦੀ, ਅਸੀਂ ਫਿਰ ਵੀ ਸੰਤਾਂ ਦੇ ਚੇਲੇ ਹਾਂ, ਸਾਡੀ ਲਾਜ ਰੱਖ ਲੈ, ਇਹ ਗੁਰੂ ਅਰਜਨ ਦੇਵ ਜੀ ਦਾ ਤੋਰਿਆ ਸਾਧੂ ਹੈ। ਜਦੋਂ ਅਰਦਾਸ ਕੀਤੀ, ਬਾਲਕਿਆਂ ਦੇ ਵਿਦਿਆਰਥੀਆਂ ਦੇ ਰੂਪ ਵਿੱਚ ਪਰਮਾਤਮਾ ਆ ਗਿਆ, ਰੱਬ ਆ ਗਿਆ, ਰੱਬ ਆ ਗਿਆ। ਬਈ ਸੁਣ ਲਈ ਤੁਸੀਂ ਆਪਣੇ ਗੁਰੂ ਭਗਤ ਸੰਤ ਗੁਰੂ ਦੇ ਵਾਸਤੇ ਅਰਦਾਸ ਕੀਤੀ ਹੈ, ਕਹਿ ਦਿਓ ਪੰਡਿਤ ਨੂੰ ਚਰਚਾ ਮੈਂ ਕਰੂੰਗਾ, ਕਹਿ ਦਿਓ ਜਾਓ। ਕਹਿ ਦਿੱਤਾ, ਲਓ ਇੱਕ ਗੱਲ 'ਚ ਝਗੜਾ ਮੁੱਕ ਗਿਆ। ਕਿਉਂ ਆਉਂਦਾ, ਕਿਹਦੇ ਵਾਸਤੇ ਆਉਂਦਾ ਰੱਬ ਹੈ ਧਰਤੀ 'ਤੇ? ਅੱਜ ਰੱਬ ਆਇਆ ਹੋਇਆ ਇੱਥੇ, ਰੱਬ ਮੈਂ ਬੋਲਣਾ, ਰੱਬ ਰੱਬ ਆਇਆ, ਰੱਬ ਰੱਬ ਆਇਆ, ਕਿਹਦੀ ਰੱਖਿਆ? ਆਪਦੇ ਸੰਤਾਂ ਭਗਤਾਂ ਦੀ ਲਾਜ। ਆ ਜੱਗ ਕਬੀਰ ਵਾਲਾ ਆ ਰਚਿਆ ਵਿਆ, ਭਾਈ ਹਰਜੀਤ ਸਿੰਘ ਨੂੰ ਮੈਂ ਕਿਹਾ ਮਲੇਰ ਫੋਟੋ, ਕਹਿੰਦਾ ਭਗਤ ਜੀ ਸਮਾਂ ਰੱਖ ਲਿਆ, ਤਾਰੀਖ ਨੀਅਤ ਹੈ। ਉਹ ਕਹਿੰਦੇ ਕੌਣ ਕਰੂ ਕੀ ਹੋਊ? ਮੈਂ ਕਿਹਾ ਚੌਂਕੜਾ ਲਾ ਕੇ ਬੈਠੇ ਰਹਿਣਾ, ਰੱਬ ਕਰੂ ਭਗਤਾਂ ਦਾ ਕੰਮ, ਰੱਬ ਆ ਰੱਬ ਕਰ ਰਿਹਾ, ਰੱਬ ਆ ਰਿਹਾ। ਆ ਦੇਖੋ ਪਤਾ ਵੀ ਨਹੀਂ ਵੀ ਇੱਥੇ ਕੌਣ ਆਉਂਦਾ ਕੌਣ ਜਾਂਦਾ। ਲਓ ਜੀ ਰੱਬ ਉਹ ਪਿਆਰ ਵਿੱਚ ਆ ਗਿਆ, ਪੰਡਿਤ ਜੀ ਨੂੰ ਬੁਲਾਇਆ ਗਿਆ, ਸਮਾਂ ਮਿਥਿਆ ਗਿਆ, ਸਵਾਲ ਉਠਾਇਆ ਗਿਆ, ਪੰਡਿਤ ਜੀ ਇੱਕ ਜਵਾਬ ਦੇ। ਵਿਦਿਆਰਥੀਆਂ ਦਾ ਰੂਪ, ਵਿਦਿਆਰਥੀ ਬੈਠੇ ਨੇ, ਸੰਤ ਨਾ ਸੰਤਾਂ ਨੂੰ ਪਤਾ ਵੀ ਨਹੀਂ ਕੋਈ ਵੀ ਰੱਬ ਆ ਗਿਆ, ਮੇਰੇ ਤਾਂ ਰੱਬ ਕੰਮ ਕਰਦਾ। ਹੁਣ ਇਹ ਵਿਦਵਾਨ ਪੜ੍ਹਿਆ ਲਿਖਿਆ ਦੀ ਗੱਲ ਇੱਕੋ ਹੀ ਆਊ ਕੁੰਡੀ ਦੀ, ਕਹਿੰਦੇ ਇਉਂ ਦੱਸ ਪੰਡਿਤ ਜੀ, ਹਾਂ ਗ੍ਰੰਥ ਗ੍ਰੰਥ ਤਾਂ ਮੈਂ ਚੱਕਦਾ ਨਹੀਂ ਕੋਈ, ਅਤੇ ਤੂੰ ਚੱਕ ਲੈ ਜਿਹੜੇ ਚੱਕਣੇ ਨੇ। ਪਰ ਇੱਕ ਗੱਲ ਦਾ ਜਵਾਬ ਪਹਿਲਾਂ ਹੀ ਮੈਂ ਹੀ ਸਵਾਲ ਕਰਦਾ, ਤੂੰ ਪੜ੍ਹ ਕੇ ਬੁੱਝਿਆ ਹੈ ਕਿ ਬੁੱਝ ਕੇ ਪੜ੍ਹਿਆ ਹੈ? ਮੈਂ ਇੰਨਾ ਹੀ ਦੱਸ ਦੇ, ਬੁੱਝਣਾ ਕੀ ਹੈ? ਗਿਆਨ, ਰੱਬ ਦੀ ਚਾਨ, ਆ ਲਾਈਟ ਪ੍ਰਕਾਸ਼ ਹੋ ਜੇ, ਜਾਣ ਲਵੇ ਕੁਛ ਬ੍ਰਹਮ ਨੂੰ, ਰੱਬ ਨੂੰ ਵੀ ਹੈਗਾ ਮੇਰਾ ਗੁਰੂ ਪੀਰ ਹੈਗਾ। ਐਂ ਦੱਸ ਜਰਾ, ਜੇ ਤਾਂ ਤੂੰ ਪੜ੍ਹ ਕੇ ਬੁੱਝੇ, ਪੜ੍ਹ ਕੇ ਤਾਂ ਨਿਸਫਲ ਹੈ, ਪੜ੍ਹਾਈਆਂ 'ਚੋਂ ਰੱਬ ਨਹੀਂ ਮਿਲਦਾ, ਰੱਬ ਗੁਰੂ ਤੋਂ ਮਿਲਦਾ ਹੈ। ਜੇ ਤੂੰ ਕਹਿੰਦਾ ਮੈਂ ਬੁੱਝ ਲਿਆ, ਰੱਬ ਬਣ ਗਿਆ, ਹੁਣ ਮੈਂ ਪੜ੍ਹਿਆ, ਫਿਰ ਵੀ ਝੂਠਾ ਹੀ ਹੈ, ਨਿਸਫਲ ਹੈ ਤੇਰਾ। ਪੰਡਿਤ ਜੀ ਕੀ ਕਹਿੰਦੇ? ਆ ਜਿਹੜੇ ਸੰਤਾਂ ਦੇ ਭਗਤਾਂ ਦੇ ਆ ਚੇਲੇ ਨੇ ਹੀ ਐਡਾ ਸਵਾਲ ਕਰ ਦਿੱਤਾ, ਬਾਬਾ ਆਪਾਂ ਇੱਥੋਂ ਚੱਲ ਰਹੇ ਹਾਂ, ਹੋਰ ਸੰਤ ਆ ਭਗਤ ਰੱਬ ਪਤਾ ਨਹੀਂ ਕਿੱਡੇ ਕੁ ਹੋਣਗੇ, ਇਹ ਕਿਹਦੀ ਜਿੱਤ ਹੋਈ?
ਭਗਤਾਂ ਦੀ ਜਿੱਤ ਹੋਈ। ਉਹ ਭਗਤਾਂ ਦੀ ਲੱਜਿਆ ਵਾਸਤੇ ਹਰਜੀ ਅਵਤਾਰ ਉਤਾਰੇ, ਭਗਤਾਂ ਦੀ ਲੱਜਿਆ ਵਾਸਤੇ ਹਰਜੀ ਅਵਤਾਰ ਉਤਾਰੇ, ਹੰਕਾਰੀਆਂ ਨਿੰਦਕਾਂ ਪੀਠ ਦੇ, ਨਾਮ ਦੇਵ ਮੁਕਤ ਲਾਇਆ, ਨਾਮ ਦੇਵ ਮੁਕਤ ਲਾਇਆ ਜਨ ਦੇਵਿਆ, ਆਪੇ ਭਾਂਡੇ ਸਾਜਿਆ ਨੇ ਆਪੇ ਪੂਰਨ ਦੇ, ਇੱਕ ਨਿਗਾਲੀ ਪੇ ਸਭ ਨੀ ਕੀ ਉੱਪਰ ਰਹਿਣ ਖੜੇ, ਆਪੇ ਸਾਜੇ ਕਰੇ ਆਪ ਜਾਏ ਪੀਰ ਕਹਿ ਆਪ, ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪ ਕੋੜੀ ਵੱਡੇ, ਤੂੰ ਕਰਤਾ ਕਾਦਰੀ ਕਰੀਮ ਦੇ ਜੀਆਂ ਰਿਜਕ ਸੁਣਦਾ ਹੈ, ਨਾਨਕੀ